ਸ਼੍ਰੀਕਾਲ ਰੰਗਲਾ ਟੀਵੀ ਦੇਖ ਰਹੇ ਦਰਸ਼ਕਾਂ ਦਾ ਮੈਂ ਸਿਮਰਨ ਕੌਰ ਸਵਾਗਤ ਕਰਦੀ ਹਾਂ ਲੈ ਕੇ ਹਾਜ਼ਰ ਹਾਂ ਖਬਰਾਂ ਦਾ ਇਹ ਬੁਲੇਟਿਨ। ਸਭ ਤੋਂ ਪਹਿਲਾਂ ਨਜ਼ਰ ਮਾਰਦਿਆਂ ਅੱਜ ਦੀਆਂ ਸੁਰਖੀਆਂ ਤੇ। ਮਸਕਟ ਵਿੱਚ ਫਸੀਆਂ 11 ਪੰਜਾਬੀ ਮਹਿਲਾਵਾਂ ਏਜੰਟ ਤੇ ਧੋਖਾਧੜੀ ਦੇ ਲਗਾ ਰਹੀਆਂ ਨੇ ਇਲਜ਼ਾਮ। ਭਗਵੰਤ ਮਾਨ ਨੇ ਵੀਡੀਓ ਕੀਤੀ ਸੋਸ਼ਲ ਮੀਡੀਆ ਤੇ ਪੋਸਟ ਤੇ ਮਦਦ ਕਰਨ ਲਈ ਮਹਿਲਾਵਾਂ ਬਾਰੇ ਮੰਗੀ ਜਾਣਕਾਰੀ। ਮੋਗਾ ਵਿੱਚ ਨੌਜਵਾਨ ਜੋੜੇ ਨੇ ਕੀਤੀ ਖੁਦਕੁਸ਼ੀ, ਖੇਤਾਂ ਵਿੱਚ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮ ਹੱਤਿਆ, ਪੁਲਿਸ ਨੇ ਲਾਸ਼ਾਂ ਨੂੰ ਲਿਆ ਕਬਜ਼ੇ ਦੇ ਵਿੱਚ। ਅੰਮ੍ਰਿਤਸਰ ਜੇਲ੍ਹ ਤੋਂ ਫਰਾਰ ਹੋਏ 3 ਕੈਦੀਆਂ ਵਿੱਚੋਂ 2 ਕੈਦੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਇੱਕ ਆਨੰਦਪੁਰ ਸਾਹਿਬ ਤੇ ਦੂਜਾ ਪਿੰਡ ਜੋੜਾ ਸਰਹਾਲੀ ਤੋਂ ਕੀਤਾ ਗਿਆ ਕਾਬੂ, ਪੁਲਿਸ ਜਲਦੀ ਹੀ ਤੀਜੇ ਕੈਦੀ ਨੂੰ ਵੀ ਕਰੇਗੀ ਗ੍ਰਿਫਤਾਰ। ਕਾਂਗਰਸ ਨੇ ਬਠਿੰਡਾ ਵਿੱਚ 37 ਕਰੋੜ ਰੁਪਏ ਦੇ 10 ਪ੍ਰੋਜੈਕਟ ਬਣਾਉਣ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੇ ਰੱਖਿਆ ਨੀਂਹ ਪੱਥਰ। ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਬਠਿੰਡਾ ਦਾ ਕੋਈ ਵੀ ਕੰਮ ਨਾ ਰੁਕਣ ਦਾ ਵੀ ਦਿੱਤਾ ਭਰੋਸਾ। ਫਰੀਦਕੋਟ ਵਿਖੇ 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ, ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ। ਫਰੀਦਕੋਟ ਵਿੱਚ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਪ੍ਰਸ਼ਾਸਨ ਦੇ ਕੀਤਾ ਹਵਾਲੇ, ਟਰਾਲੀਆਂ ਭਰ ਕੇ ਲਿਆਂਦਾ ਗਿਆ ਅਵਾਰਾ ਪਸ਼ੂਆਂ ਨੂੰ। ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ ਦੀ ਕੀਤੀ ਗਈ ਕਿਸਾਨਾਂ ਵੱਲੋਂ ਮੰਗ। ਜ਼ਿਲ੍ਹਾ ਪਟਿਆਲਾ ਦੇ ਸਕੂਲ ਵਿੱਚ ਅਧਿਆਪਕ ਦੀ ਬਦਲੀ ਨੂੰ ਲੈ ਕੇ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਕਲਾਸਾਂ ਤੇ ਪੇਪਰਾਂ ਦਾ ਕੀਤਾ ਬਾਈਕਾਟ, ਅਧਿਆਪਕ ਦੀ ਬਦਲੀ ਰੋਕਣ ਦੀ ਕੀਤੀ ਮੰਗ। ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਅਹਿਮ ਖਬਰ ਤੋਂ। ਆਏ ਦਿਨ ਪੰਜਾਬੀ ਨੌਜਵਾਨਾਂ ਨਾਲ ਏਜੰਟਾਂ ਦੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਨੇ, ਪਰ ਹੁਣ ਪੰਜਾਬੀ ਮਹਿਲਾਵਾਂ ਨਾਲ ਏਜੰਟਾਂ ਦੇ ਧੋਖਾਧੜੀ ਕਰਨ ਦੇ ਮਾਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ। ਦੱਸ ਦਈਏ ਕਿ ਇਹਨਾਂ ਮਹਿਲਾਵਾਂ ਦੀ ਵੀਡੀਓ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਹੈ, ਜਿਸ ਵਿੱਚ ਉਹ ਮਹਿਲਾਵਾਂ ਬਾਰੇ ਜਾਣਕਾਰੀ ਮੰਗ ਰਹੇ ਨੇ ਤਾਂ ਕਿ ਉਹਨਾਂ ਦੀ ਮਦਦ ਕੀਤੀ ਜਾ ਸਕੇ। ਉੱਥੇ ਜੇਕਰ ਇਹ ਵੀਡੀਓ ਦੀ ਗੱਲ ਕਰੀਏ ਤਾਂ ਵੀਡੀਓ ਵਿੱਚ ਮਹਿਲਾਵਾਂ ਮਦਦ ਦੀ ਗੁਹਾਰ ਲਗਾ ਰਹੀਆਂ ਨੇ ਤੇ ਏਜੰਟ ਤੇ ਧੋਖਾਧੜੀ ਦੇ ਇਲਜ਼ਾਮ ਲਗਾ ਰਹੀਆਂ ਨੇ। ਦੱਸ ਦਈਏ ਕਿ ਇਹ 11 ਪੰਜਾਬੀ ਮਹਿਲਾਵਾਂ ਮਸਕਟ ਦੇ ਵਿੱਚ ਫਸੀਆਂ ਹੋਈਆਂ ਨੇ। ਸਾਡੇ ਇੰਡੀਆ ਦੇ ਪੰਜਾਬ ਦੀਆਂ 11 ਜਾਣੀਆਂ ਇੱਥੇ ਇੰਡੀਆ ਵੈਸੇ ਦੇ ਵਿੱਚ ਫਸੀਆਂ ਹੋਈਆਂ ਨੇ। ਸਾਡੇ ਏਜੰਟਾਂ ਨੇ, ਪੰਜਾਬ ਦੇ ਏਜੰਟਾਂ ਨੇ ਸਾਡੇ ਨਾਲ ਬਹੁਤ ਵੱਡਾ ਧੋਖਾ ਕੀਤਾ। ਉਹਨਾਂ ਨੇ ਸਾਨੂੰ ਇੱਥੇ ਮਸਕਟ ਦੇ ਵਿੱਚ ਇਸ ਤਰ੍ਹਾਂ ਸਾਨੂੰ ਬਹੁਤ ਕੰਮ ਚ ਵੀ ਕਿਹਾ ਕਿ ਸਾਨੂੰ ਘਰਾਂ ਦੇ ਕੰਮ ਚ ਭੇਜਿਆ। ਉਹਨਾਂ ਨੇ ਸਾਡੇ ਘਰਾਂ ਵਾਲੇ ਸਪੋਂਸਰਾਂ ਨੇ ਸਾਨੂੰ ਬਹੁਤ ਜ਼ਿਆਦਾ ਟੋਰਚਰ ਤੇ ਕੁੱਟਦੇ ਮਾਰਦੇ ਸੀ। ਖਾਣਾ ਵੀ ਨਸੀਬ ਨਹੀਂ ਸੀ ਹੁੰਦਾ ਸਾਨੂੰ, ਇਸ ਤਰ੍ਹਾਂ ਉਹਨਾਂ ਨੇ ਕੁੱਟ ਕੁੱਟ ਕੇ ਸਾਡੀ ਸਾਰੇ ਤਬੀਅਤ ਵਿਗਾੜੀ ਹੋਈ ਹੈ। ਮੇਰੀ ਡਿਸਕ ਦੀ ਪ੍ਰੋਬਲਮ, ਮੈਨੂੰ ਸੱਟ ਲੱਗਣ ਕਰਕੇ ਮੇਰੀ ਡਿਸਕ ਦੀ ਪ੍ਰੋਬਲਮ ਹੋ ਚੁੱਕੀ ਹੈ। ਮੇਰਾ ਬਹੁਤ ਬੁਰੀ ਹਾਲਤ ਹੈ, ਮੇਰਾ ਲੱਕ ਤੋਂ ਚੱਲਿਆ ਨਹੀਂ ਜਾਂਦਾ। ਮੇਰੇ ਇਸ ਤਰ੍ਹਾਂ ਡਿਸਵਾਈਕਲ ਦੀ ਪ੍ਰੋਬਲਮ ਹੋ ਚੁੱਕੀ ਹੈ। ਮੇਰਾ ਬੀਪੀ ਬਹੁਤ ਜ਼ਿਆਦਾ ਵੱਧਦਾ, ਮੈਂ ਬਹੁਤ ਜ਼ਿਆਦਾ ਸੀਰੀਅਸ ਹਾਂ। ਮੈਨੂੰ ਕਿਤੇ ਵੀ 7 ਮਹੀਨੇ ਹੋ ਗਏ ਇੰਡੀਆ ਐਂਬੈਸੀ ਚ ਹੈਲਪ ਲੈਣ ਆਈ ਸਾਂ, ਇੰਡੀਆ ਐਂਬੈਸੀ ਕੁਛ ਨਹੀਂ ਕਰ ਰਹੀ ਮੇਰੇ ਲਈ। ਕਹਿੰਦੇ ਆ ਕਿ ਪਾਸਪੋਰਟ ਆਏਗਾ ਤੇ ਤੁਹਾਨੂੰ ਭੇਜਿਆ ਜਾਏਗਾ, ਮੇਰੇ ਪਾਸਪੋਰਟ ਦੀ ਵੇਟ ਕਰ ਰਹੀ। ਮੇਰਾ ਸਪੋਂਸਰ ਏਜੰਟ ਮੇਰਾ ਪਾਸਪੋਰਟ ਨਹੀਂ ਦੇ ਰਿਹਾ। ਉਹ ਇੱਧਰ ਦੇ 1200 ਰੁਪਿਆ ਮੰਗਦਾ, 1200 ਰਿਆਲ ਮੰਗਦਾ ਹੈ। ਅਸੀਂ ਇੰਨੇ ਪੈਸੇ ਕਿੱਥੋਂ ਦੇਈਏ? ਸਾਰੀਆਂ ਭੈਣਾਂ ਪੰਜਾਬਣਾ ਇੰਨੀ ਇੰਨੀ ਮੁਸ਼ਕਲ ਚ ਫਸੀਆਂ ਹੋਈਆਂ, ਸਾਡੀ ਕੋਈ ਵੀ ਮਦਦ ਨਹੀਂ ਕੀਤੀ ਜਾਂਦੀ। ਅਸੀਂ ਪੰਜਾਬ ਤੋਂ ਵੀ ਆਪਣੀ ਹੈਲਪ ਮੰਗਣੀ ਚਾਹੀ, ਸਾਡੇ ਕਿਸੇ ਮੰਤਰੀ ਨੇ ਕਿਸੇ ਨੇ ਸਾਡੀ ਕੁਛ ਵੀ ਮਦਦ ਨਹੀਂ ਕੀਤੀ। ਅਸੀਂ ਇੰਨੀ ਸੀਰੀਅਸ ਆ, ਮੇਰੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੈ, ਨਾ ਉੱਠ ਕੇ ਚੱਲ ਸਕਦੀ ਨਾ ਕੁਛ। ਇੱਕ ਦੀਦੀ ਨੂੰ ਇਹਨਾਂ ਨੂੰ ਹਾਰਟ ਪੇਸ਼ੈਂਟ ਹੈ, ਇਹਨਾਂ ਨੂੰ ਵੀ ਬਹੁਤ ਜ਼ਿਆਦਾ ਪ੍ਰੋਬਲਮ। ਸਾਰੀਆਂ ਪੰਜਾਬਣਾਂ ਸਾਡੀਆਂ ਇੱਥੇ ਫਸੀਆਂ ਹੋਈਆਂ, ਸਾਡੀ ਪਲੀਜ਼ ਹੈਲਪ ਕੀਤੀ ਜਾਵੇ। ਅਸੀਂ ਬਹੁਤ ਮੁਸੀਬਤ ਦੇ ਵਿੱਚ, ਅਸੀਂ ਇੰਨੀ ਹਾਲਤ, ਸਾਰੇ ਤਰਲੇ ਮਾਰ ਮਾਰ ਕੇ ਦੇਖ ਲਏ, ਸਾਡੀ ਕੋਈ ਵੀ ਹੈਲਪ ਨਹੀਂ ਕਰਦਾ ਪਿਆ। ਸਾਡੀ ਪਤਾ ਨਹੀਂ ਅਸੀਂ ਇੱਥੋਂ ਜਿੰਦਾ ਜਾਣਾ ਕਿ ਨਹੀਂ ਜਾਣਾ, ਸਾਨੂੰ ਸਾਡੇ ਬੱਚਿਆਂ ਚ ਬਚਾ ਦਾ ਸਾਡੇ। ਅਸੀਂ ਬਹੁਤ ਮੁਸ਼ਕਲ ਦੇ ਵਿੱਚ ਹਾਂ, ਅਸੀਂ ਇਹਦੇ ਬੱਚੇ ਪਿੱਛੇ ਤਰਸਣ ਗਏ ਆ। ਮੇਰੇ 2 ਬੱਚੇ ਹਾਂ, ਮੈਂ ਰੈਂਟ ਤੇ ਰਹਿੰਦੀ, ਮੇਰਾ ਕੋਈ ਵੀ ਨਹੀਂ ਮੇਰੇ ਬੱਚਿਆਂ ਨੂੰ ਪਿੱਛੇ ਦੇਖ ਰਿਹਾ, ਪਲੀਜ਼ ਸਾਡੀ ਹੈਲਪ ਕੀਤੀ ਜਾਵੇ। ਹੁਣ ਰੁੱਖ ਕਰਦਿਆਂ ਮੋਗਾ ਵੱਲ। ਮੋਗਾ ਦੇ ਪਿੰਡ ਸਿੰਘਾਵਾਲਾ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿੱਚੋਂ ਇੱਕ ਨੌਜਵਾਨ ਜੋੜੇ ਦੀ ਲਾਸ਼ ਮਿਲੀ। ਦੱਸ ਦਈਏ ਕਿ ਨੌਜਵਾਨ ਜੋੜੇ ਨੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਲੜਕੀ 10ਵੀਂ ਕਲਾਸ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ, ਜਦਕਿ ਲੜਕਾ ਬਾਊਂਸਰ ਦਾ ਕੰਮ ਕਰਦਾ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਫਿਲਹਾਲ ਖੁਦਕੁਸ਼ੀ ਕਰਨ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਉੱਥੇ ਹੀ ਦੂਜੇ ਪਾਸੇ ਨੌਜਵਾਨ ਜੋੜੇ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਵੀ ਬਣਾਈ ਹੈ, ਜਿਸ ਦੇ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਇਕੱਠਿਆਂ ਦਾ ਕੀਤਾ ਜਾਵੇ। ਆਓ ਦਿਖਾਉਂਦੇ ਤੁਹਾਨੂੰ ਇਹ ਵੀਡੀਓ।
बच्चे जड़े हैगे आ दो ये पिंड चंद पुराणा नाल संबंधित हैगे आ टिब्बियां इहनूं नाल कहा जांदा हैगा ते इहनां ने राती इत्थे आ के कोई जहरीली चीज़ पी के अपने आप नूं समाप्त कर लिया हैगा आ कारण की है इहदे बारे पता कर लैंदे आ पिंड तो पता लगेगा आंढ गुआंढ तो इहदे माँ बाप तो सानूं पता लगेगा की कारण रहा है सर किन्नी कु उमर आ ते की नाम उहनां दे उम्र इन्हां दी 25 साल दे आस पास लगती हैगी दोनों की कितों दे रहण वाले दोनों चंद पुराणा टिब्बियां जिहड़ा ये पिंड हैगा रहण वाले इत्थे दे सर इन्हां दा नाम की है जी जिहड़ा लड़का उहदा नाम राजू है तो लड़की का नाम हैगा रमना रमना करके उहनूं बोलदे सर ये दोनों मैरिड है जां अनमैरिड ये अनमैरिड हैगे जी ਕਿੰਨੇ ਕੁ ਦਾ ਹਾਦਸਾ ਸਰ ਸਰ ਮੁੱਢਲੀ ਜਾਂਚ ਨਹੀਂ ਕੁਛ ਨਹੀਂ ਦੱਸਿਆ ਜਾ ਸਕਦਾ ਕਿਉਂਕਿ ਰਾਤ ਨੂੰ ਕੱਲ੍ਹ ਸ਼ਾਮ ਦੇ ਵੇਲੇ ਉੱਥੋਂ ਅਲੋਪ ਹੋਏ ਹੈਗੇ ਆ ਫਿਰ ਪਤਾ ਲੱਗੂਗਾ ਰਾਤ ਨੂੰ ਕਿੰਨੇ ਵਜੇ ਦਾ ਕਿੰਨੇ ਵਜੇ ਦਾ ਸਰ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਸੀਂ ਤੇ 174 ਦੀ CRPC ਦੀ ਕਾਰਵਾਈ ਕਰਦੇ ਹੈਗੇ ਇਹਦੇ ਵਿੱਚ ਕਿਉਂਕਿ ਮਾਮਲਾ ਮਾਨਵ ਦੇ ਨਾਲ ਸੰਬੰਧਿਤ ਹੈਗਾ ਕਿਉਂਕਿ ਹਿਊਮਨ ਬਾਡੀ ਦੀ ਜਿਹੜੀ ਹੈਗੀ ਕਾਰਵਾਈ ਆ ਉਸਦੇ 174 ਦੀ ਕਾਰਵਾਈ ਕੀਤੀ ਜਾਂਦੀ ਹੈ ਦੇਖੋ ਅਜੇ ਤੱਕ ਨਹੀਂ ਸਾਹਮਣੇ ਆਇਆ ਸਾਡੇ ਸਾਹਮਣੇ ਵੀ ਇਹਨਾਂ ਦਾ ਅਫੇਅਰ ਸੀ ਕਿ ਨਹੀਂ ਸੀ ਪਰ ਹੁਣ ਜਦੋਂ ਲੋਕ ਪਿੰਡ ਦੇ ਇਕੱਠੇ ਹੋ ਗਏ ਹੈਗੇ ਆ ਇਹਨਾਂ ਦੇ ਮਾਂ ਬਾਪ ਇਕੱਠੇ ਹੋਣਗੇ ਫਿਰ ਸਾਨੂੰ ਦੱਸ ਦੇਣਗੇ ਵੀ ਕੀ ਗੱਲਬਾਤ ਹੋਈ ਹੈ ਕੀ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੀ ਕੇਂਦਰੀ ਜੇਲ੍ਹ ਦੀ ਕੰਧ ਤੋੜ ਕੇ 3 ਹਵਾਲਾਤੀ ਫਰਾਰ ਹੋ ਗਏ ਸੀ ਜਿਨ੍ਹਾਂ ਵਿੱਚ ਪੁਲਿਸ ਨੇ 2 ਹਵਾਲਾਤੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ 2 ਕੈਦੀਆਂ ਨੂੰ ਪਨਾਹ ਦੇਣ ਦੇ ਦੋਸ਼ ਵਿੱਚ ਉਹਨਾਂ ਦੀ ਇੱਕ ਸ਼ੱਕੀ ਭੈਣ ਅਤੇ 4 ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਉੱਥੇ ਹੀ ਪੁਲਿਸ ਨੇ 3 ਕੈਦੀ ਨੂੰ ਜਲਦੀ ਹੀ ਫੜਨ ਦੀ ਗੱਲ ਵੀ ਆਖੀ ਹੈ ਦੱਸ ਦਈਏ ਕਿ 3 ਕੈਦੀ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਦਿਨ ਰਾਤ ਛਾਪੇਮਾਰੀ ਕੀਤੀ ਜਾ ਰਹੀ ਹੈ 2 ਕੈਦੀਆਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਪੁਲਿਸ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਮਾਮਲੇ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅੰਮ੍ਰਿਤਸਰ ਆ ਉੱਥੋਂ 3 ਕੈਦੀ ਫਰਾਰ ਹੋ ਗਏ ਸੀਗੇ ਉਹਦੇ ਵਿੱਚ DCPD ਜਿਹੜੇ ਨੇ ਸਾਡੇ ਮੁਖਵਿੰਦਰ ਸਿੰਘ ਜੀ ਇਹਨਾਂ ਦੇ ਅੰਡਰ ਅਸੀਂ ਅਲੱਗ ਅਲੱਗ ਟੀਮਸ ਬਣਾਈਆਂ ਸੀਗੀਆਂ ਜਿਹਦੇ ਵਿੱਚ ADCP ਇਨਵੈਸਟੀਗੇਸ਼ਨ ਜੁਗਰਾਜ ਸਿੰਘ ADCP 1 ਹਰਜੀਤ ਸਿੰਘ ਹੋਣੀ ਔਰ ਇਹਨਾਂ ਦੀ ਸਾਰੀ ਟੀਮ ਜਿਹਦੇ ਵਿੱਚ ACPD ਵੀ ਸੀਗੇ SHO ਇਸਲਾਮਾਬਾਦ B Division ਇੰਚਾਰਜ CIA ਇਹਨਾਂ ਦੀ ਟੀਮ ਨੇ ਬੜੀ ਮਿਹਨਤ ਕੀਤੀ ਬਹੁਤ ਐਫਰਟ ਕੀਤਾ ਔਰ ਅਸੀਂ ਕਾਮਯਾਬ ਹੋਏ ਇਹਦੇ ਵਿੱਚ ਜਿਹੜੇ 2 ਸਭ ਤੋਂ ਨੋਟੋਰੀਅਸ ਸੀਗੇ 3 ਬੰਦੇ ਦੌੜੇ ਸੀਗੇ ਸਭ ਤੋਂ ਨੋਟੋਰੀਅਸ ਜਿਹੜਾ ਜਿਹਤੇ ਸਭ ਤੋਂ ਵੱਧ ਪਰਚੇ ਦਰਜ ਆ ਉਹ ਜਰਨੈਲ ਸਿੰਘ ਏਲੀਅਸ ਪ੍ਰਿੰਸ ਆ ਜਿਹਦੇ 'ਤੇ 5 ਤੋਂ ਜ਼ਿਆਦਾ ਪਰਚੇ ਦਰਜ ਆ ਗੁਰਪ੍ਰੀਤ ਸਿੰਘ ਗੋਪੀ ਆ ਉਹਦੇ 'ਤੇ ਵੀ 5 ਤੋਂ ਜ਼ਿਆਦਾ ਪਰਚੇ ਦਰਜ ਆ ਇਹਨਾਂ ਨੂੰ ਸਾਡੀ ਜਿਹੜੀ ਟੀਮ ਆ ਉਹਨਾਂ ਨੇ ਗ੍ਰਿਫਤਾਰ ਕੀਤਾ ਜਿਹਦੇ 'ਚ ਜਰਨੈਲ ਸਿੰਘ ਜਿਹੜਾ ਪ੍ਰਿੰਸ ਆ ਉਹਨੂੰ ਅਨੰਦਪੁਰ ਸਾਹਿਬ ਤੋਂ ਬੱਸ ਸਟੈਂਡ ਤੋਂ ਕੱਲ੍ਹ ਰਾਤੀ 10:30 ਗ੍ਰਿਫਤਾਰ ਕੀਤਾ ਔਰ ਉਹਦੀ ਅੱਗੇ ਫਰਦਰ ਪੁੱਛਗਿੱਛ ਤੋਂ ਔਰ ਹੋਰ ਇਨਫੋਰਮੇਸ਼ਨ ਡਿਵੈਲਪ ਕਰਨ ਤੋਂ ਬਾਅਦ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਆ ਉਹਨੂੰ ਅੱਜ ਸਵੇਰੇ 5 ਵਜੇ ਦੇ ਕਰੀਬ ਰੂੜੀਵਾਲ ਪਿੰਡ ਪੈਂਦਾ ਵਾ ਚੋਲਾ ਸਾਹਿਬ ਦੇ ਵਿੱਚ ਉੱਥੋਂ ਇੱਕ ਸ਼ਮਸ਼ੇਰ ਸਿੰਘ ਨਾਮ ਦਾ ਬੰਦਾ ਉਹਦੇ ਘਰ 'ਚ ਉਹਨੇ ਪਨਾਹ ਲਈ ਹੋਈ ਸੀਗੀ ਉੱਥੋਂ ਉਹਨੂੰ ਗ੍ਰਿਫਤਾਰ ਕੀਤਾ ਔਰ ਜਦੋਂ ਉਹਨੂੰ ਗੁਰਪ੍ਰੀਤ ਗੋਪੀ ਨੂੰ ਗ੍ਰਿਫਤਾਰ ਕਰ ਰਹੇ ਸੀਗੇ ਉਹਦੇ ਦੌਰਾਨ ਜਦੋਂ ਸਾਡੀ ਟੀਮ ਉੱਥੇ ਪਹੁੰਚੀ ਤਾਂ ਉਹਨੇ ਇੱਕ ਸਾਡਾ ਕੌਂਸਟੇਬਲ ਆ ਜਿਹੜਾ ਜਵਾਨ ਆ ਉਹਦੇ ਮੂੰਹ 'ਤੇ ਗਰਮ ਚਾਹ ਸੁੱਟ ਦਿੱਤੀ ਉਸ ਤੋਂ ਬਾਅਦ ਇਹ ਦੌੜ ਗਿਆ ਉੱਥੋਂ ਨਿਕਲ ਕੇ ਫਿਰ ਇਹਨੇ ਉੱਪਰ ਜਾ ਕੇ ਛੱਤ ਤੋਂ ਛਲਾਂਗ ਲਾ ਦਿੱਤੀ ਇਹਦੀ ਲੱਤ ਦੇ ਉੱਤੇ ਵੀ ਸੱਟ ਲੱਗੀ ਆ ਸੋ ਉਹਨੂੰ ਹੋਸਪਿਟਲ ਦੇ ਵਿੱਚ ਐਡਮਿਟ ਕਰਾਇਆ ਵਾ ਉਹਦੀ ਟ੍ਰੀਟਮੈਂਟ ਚੱਲ ਰਿਹਾ ਵਾ ਉਹਦਾ ਗੁਰਪ੍ਰੀਤ ਗੋਪੀ ਦਾ ਜਰਨੈਲ ਸਿੰਘ ਪ੍ਰਿੰਸ ਜਿਹੜਾ ਉਹ ਸਾਡੀ ਕਸਟਡੀ ਦੇ ਵਿੱਚ ਆ ਮੁੱਢਲੀ ਅਜੇ ਅਸੀਂ ਪੁੱਛਗਿੱਛ ਕੀਤੀ ਹੈ ਕਿਉਂਕਿ ਅਜੇ ਇਹਨਾਂ ਨੂੰ ਰਾਤੀ ਗ੍ਰਿਫਤਾਰ ਕੀਤਾ ਹੈ ਹੋਰ ਡਿਟੇਲ ਦੇ ਵਿੱਚ ਜਾਵਾਂਗੇ ਜੋ ਮੁੱਢਲੀ ਪੁੱਛਗਿੱਛ ਤੋਂ ਇਹ ਪਤਾ ਲੱਗਿਆ ਕਿ ਇਹਨਾਂ ਨੇ ਕਰੀਬ ਜੁਲਾਈ ਜਦੋਂ ਇਹ ਅੰਦਰ ਗਏ ਜੇਲ੍ਹ ਦੇ ਉਦੋਂ ਹੀ ਮਹੀਨੇ ਬਾਅਦ ਇਹਨਾਂ ਨੇ ਪਹਿਲਾਂ ਵੀ ਪਲਾਨ ਕੀਤਾ ਸੀਗਾ ਦੌੜਨ ਦੇ ਬਾਰੇ 'ਚ ਜਿਹਦੇ ਵਿੱਚ ਇਹਨਾਂ ਦੇ ਨਾਲ 3 ਇਹ ਵਾਲੇ ਬੰਦੇ ਜਿਹੜੇ ਦੌੜੇ ਇਹਦੇ ਵਿੱਚ ਉਸ ਟਾਈਮ 'ਤੇ ਵਿਸ਼ਾਲ ਨਾਲ ਨਹੀਂ ਸੀਗਾ 3 ਬੰਦੇ ਹੋਰ ਸੀਗੇ ਟੋਟਲ 6 ਜਣਿਆਂ ਨੇ ਪਲਾਨ ਕੀਤਾ ਸੀਗਾ ਪਰ ਉਹਨਾਂ ਦੇ ਵਿੱਚੋਂ 6 ਦੇ ਵਿੱਚੋਂ ਫਿਰ ਇੱਕ ਬੰਦਾ ਜਿਹੜਾ ਸੀਗਾ ਉਹ ਐਂਡ ਆਫ ਔਗਸਟ ਦੇ ਵਿੱਚ ਉੱਥੋਂ ਸ਼ਿਫਟ ਕਰ ਗਿਆ ਫਰੀਦਕੋਟ ਜੇਲ੍ਹ ਦੇ ਵਿੱਚ ਉਸ ਵਿੱਚੋਂ 5 ਬੰਦੇ ਬਚ ਗਏ 5 ਤੋਂ ਬਾਅਦ ਫਿਰ ਜਿਹੜਾ ਵਿਸ਼ਾਲ ਆ ਉਹ ਇਹਨਾਂ ਦੇ ਨਾਲ ਆ ਕੇ ਮਿਲ ਗਿਆ ਤਕਰੀਬਨ ਜਿਹੜਾ ਹੁਣ ਵਾਲਾ ਜਿਹੜਾ ਇੰਸੀਡੈਂਟ ਹੋਇਆ ਵਾ ਇਹਦੀ ਪਲੈਨਿੰਗ ਇਹਨਾਂ ਨੇ ਕਰੀਬ ਸਪਤੰਬਰ ਅਕਤੂਬਰ ਦੇ ਵਿੱਚ ਸ਼ੁਰੂ ਕੀਤੀ ਸੀਗੀ ਔਰ ਜਿਹੜੇ 3 ਬੰਦੇ ਬਾਕੀ ਦੇ ਸੀਗੇ ਜਿਹਨਾਂ ਨੇ ਇਹਨਾਂ ਦੇ ਨਾਲ ਪਲੈਨ ਕੀਤਾ ਸੀ 3 ਤਾਂ ਇਹੀ ਹੈ ਜਿਹੜੇ ਦੌੜੇ ਸੀਗੇ ਗੁਰਪ੍ਰੀਤ ਗੋਪੀ ਜਰਨੈਲ ਏਲੀਅਸ ਪ੍ਰਿੰਸ ਔਰ ਵਿਸ਼ਾਲ 3 ਹੋਰ ਜਿਹੜੇ ਸੀਗੇ ਲਾਸਟ ਮੂਮੈਂਟ 'ਤੇ 10 ਕੁ ਦਿਨ ਪਹਿਲਾਂ ਉਹਨਾਂ ਨੇ ਵੀ ਡਰੋਪ ਕਰਤਾ ਵੀ ਅਸੀਂ ਨਹੀਂ ਕਰ ਸਕਦੇ ਕਿਉਂਕਿ ਉਹ
ਉਹਨਾਂ ਨੂੰ ਲੱਗਾ ਕੰਧ ਵੀ ਨਹੀਂ ਟੱਪੀ ਜਾਣੀ, ਹੋਰ ਕਈ ਇਸ਼ੂਜ਼ ਦੇ ਕਰਕੇ ਉਹਨਾਂ ਨੇ ਡਰੋਪ ਕਰ ਦਿੱਤਾ। ਜਿਹੜਾ ਇਹਨਾਂ ਨੇ ਪਰਟੀਕੁਲਰ ਪਾਰਟ ਲਾਇਆ ਵਾ ਉਹਦੇ ਬਾਰੇ ਦੇ ਵਿੱਚ ਪਹਿਲਾਂ ਨੇ ਇਹਨਾਂ ਨੇ ਇੱਕ ਹੋਰ ਸਪੋਟ ਆਈਡੈਂਟੀਫਾਈ ਕੀਤਾ ਸੀ ਜਿਹੜਾ ਕਿ ਮਨਦੀਪ ਸਿੰਘ ਨਾਮ ਦੇ ਬੰਦੇ ਦੇ, ਉੱਥੇ ਉਹਨੂੰ ਖੱਡ ਕਹਿੰਦੇ ਆ ਅੰਦਰ ਬੈਰਕਸ ਦੇ ਵਿੱਚ, ਉਹਦੀ ਬੈਰਕ ਦੇ ਲਾਗੇ ਸੀਗਾ। ਉਸ ਤੋਂ ਬਾਅਦ ਜਦੋਂ ਉਹਨਾਂ ਦਾ ਪਲਾਨ ਚੇਂਜ ਹੋ ਗਿਆ ਤਿੰਨਾਂ ਦਾ, ਤਾਂ ਇਹਨਾਂ ਤਿੰਨਾਂ ਨੇ ਫਿਰ ਜਿਹੜੀ ਇਹ ਵਾਲਾ ਪਰਟੀਕੁਲਰ ਪੁਆਇੰਟ ਆ ਇਹ ਚੂਜ਼ ਕੀਤਾ। ਜਿਸ ਦਿਨ ਇਹ ਦੌੜੇ ਆ, ਜਿਸ ਰਾਤ ਇਹ ਦੌੜੇ ਆ, ਉਸ ਦਿਨ ਇਹਨਾਂ ਨੇ ਉਹਦੇ ਉੱਤੇ ਕੱਪੜਾ ਪਾ ਕੇ ਥੋੜ੍ਹਾ ਥੋੜ੍ਹਾ ਉਹਨੂੰ ਦਿਨ ਦੇ ਟਾਈਮ ਦੇ ਉੱਤੇ ਵੀ ਮਤਲਬ ਉਹਨੂੰ ਵੀਕਨ ਕਰ ਦਿੱਤਾ। ਜਿਹੜੀ ਕੰਧ ਸੀਗੀ ਉਹਦੇ ਵਿੱਚ ਉਹ ਸਰੀਏ ਦਾ ਇਹਨਾਂ ਨੇ ਇੱਕ ਬਣਾਇਆ ਸੀਗਾ, ਉਹ ਮਾਰ ਮਾਰ ਕੇ ਉਹਨੂੰ ਵੀਕਨ ਕਰਤਾ। ਈਵਨ ਰਾਤ ਤੱਕ ਜਦੋਂ ਤੱਕ ਉਹ ਬੈਰਕ ਦੇ ਵਿੱਚ ਸਾਰੇ ਦੋਸ਼ੀ ਬਾਕੀ ਦੇ ਨਹੀਂ ਆਏ ਸੀਗੇ, ਇੱਕ ਇੱਟ ਇਹਨਾਂ ਨੇ ਥੋੜ੍ਹੀ ਵਿੱਚੋਂ ਉਖਾੜ ਲਈ ਸੀਗੀ, ਉਖਾੜ ਕੇ ਫਿਰ ਉਹਨੂੰ ਲਗਾ ਦਿੱਤਾ। ਰਾਤ ਨੂੰ ਜੋ ਇਹਨਾਂ ਦੇ ਦੱਸਣ ਮੁਤਾਬਕ ਹੈ ਕਿ ਬੈਰਕ ਦੇ ਵਿੱਚ ਟੀਵੀ ਦੀ ਆਵਾਜ਼ ਬੜੀ ਉੱਚੀ ਸੀਗੀ, ਔਰ ਇੱਕ ਬੰਦਾ ਕੱਪੜਾ ਪਾ ਕੇ ਹੌਲੀ ਹੌਲੀ ਕਰਦਾ ਰਿਹਾ। ਜਦੋਂ ਬਾਅਦ ਦੇ ਵਿੱਚ ਸਾਰੇ ਬੰਦੇ ਸੌਂ ਗਏ ਜਦੋਂ ਰਾਤ ਨੂੰ, ਫਿਰ ਇਹਨਾਂ ਨੇ ਉਹਨੂੰ ਥੋੜ੍ਹਾ ਇੱਕ ਸੱਟ ਮਾਰ ਕੇ ਫਿਰ ਤਿੰਨ ਇੱਟਾਂ ਉਹਦੇ ਵਿੱਚੋਂ ਡੇਗ ਕੇ ਉਹਦੇ ਵਿੱਚ ਦੀ ਸਭ ਤੋਂ ਪਹਿਲਾਂ ਵਿਸ਼ਾਲ ਜਿਹੜਾ ਸੀਗਾ ਉਹ ਨਿਕਲਿਆ। ਪਹਿਲੇ ਬੰਦੇ ਦਾ ਨਿਕਲਣਾ ਥੋੜ੍ਹਾ ਔਖਾ ਸੀ, ਉਹ ਸਾਰੇ ਆਪਣੇ ਕੱਪੜੇ ਉਤਾਰ ਕੇ ਬਾਹਰ ਨਿਕਲਿਆ, ਫਿਰ ਉਹਨੇ ਕੱਪੜੇ ਪਹਿਨੇ ਉਹਦੇ ਤੋਂ ਬਾਅਦ ਦੇ ਵਿੱਚ। ਉਸ ਤੋਂ ਬਾਅਦ ਦੇ ਵਿੱਚ ਗੁਰਪ੍ਰੀਤ ਗੋਪੀ ਨਿਕਲਿਆ, ਫਿਰ ਜਰਨੈਲ ਨਿਕਲਿਆ। ਉਸ ਤੋਂ ਬਾਅਦ ਜਿਹੜੀ ਮੇਨ ਜਿਹੜੀ ਕੰਧ ਆ, ਜਿਹੜੀ ਅੰਦਰਲੀ ਬੈਰਕ ਦੀ ਜਿਹਨੂੰ ਹੱਥ ਆਪਾਂ ਕਹਿੰਦੇ ਬਲੋਕ ਦੀ ਜਿਹੜੀ ਕੰਧ ਆ, ਉਹਦੇ ਉੱਤੇ ਇਹਨਾਂ ਨੇ ਇੱਕ ਜਿਹੜੀਆਂ ਅੰਗੀਠੀਆਂ ਹੁੰਦੀਆਂ ਉਹਦੇ ਨਾਲ ਇੱਕ ਉਹ ਸਪੋਰਟ ਹੁੰਦੀ ਆ, ਉਹ ਸਪੋਰਟ ਲਾ ਕੇ ਇਹ ਫਿਰ ਇੱਕ ਦੂਜੇ ਦੇ ਮੋਢੇ 'ਤੇ ਚੜ੍ਹ ਕੇ ਪਹਿਲੀ ਕੰਧ ਦੇ ਉੱਤੇ ਚੜ੍ਹੇ। ਕੰਧ ਦੇ ਉੱਤੇ ਚੜ੍ਹਨ ਤੋਂ ਬਾਅਦ ਦੇ ਵਿੱਚ ਜਿਹੜਾ ਗੋਪੀ ਸੀਗਾ ਉਹਨੇ ਫਿਰ ਦੋਨਾਂ ਨੂੰ ਕੱਪੜੇ ਦੇ ਨਾਲ ਖਿੱਚਿਆ ਉੱਪਰ, ਉੱਥੇ ਇਹਨਾਂ ਨੂੰ ਕਾਫੀ ਟਾਈਮ ਲੱਗਾ ਉਹ ਜਿਹੜੀ ਪਹਿਲੀ ਕੰਧ ਸੀਗੀ। ਫਿਰ ਦੂਸਰੀ ਕੰਧ ਦੇ ਉੱਤੇ ਜਾ ਕੇ ਇਹਨਾਂ ਨੇ ਉਹ ਜਿਹੜਾ ਸਰੀਆ ਫੋਲਡ ਕੀਤਾ ਸੀਗਾ ਉਹ ਸਰੀਆ ਲਗਾ ਕੇ ਕੱਪੜਾ ਬੰਨ ਕੇ ਉਹਦੇ ਉੱਤੇ ਚੜ੍ਹੇ, ਉਸ ਤੋਂ ਬਾਅਦ ਬਾਹਰ ਗਏ। ਜਿੱਥੋਂ ਤੱਕ ਜੇਲ੍ਹ ਓਫੀਸ਼ੀਅਲਸ ਦੀ ਗੱਲ ਆ, ਅਜੇ ਸਟਿਲ ਪਾਰਟ ਆਫ ਇਨਵੈਸਟੀਗੇਸ਼ਨ ਕਿ ਕਿਹਦੀ ਕੀ ਕਨਾਈਮੈਂਸ ਹੈਗੀ ਆ। ਨੈਗਲੀਜੈਂਸ ਤਾਂ ਮੁੱਢਲੇ ਤੌਰ 'ਤੇ ਹੈਗੀ ਹੈਗੀ ਆ, ਉਹਨਾਂ ਦੀ ਜਿਹੜੇ ਆਸ ਪਾਸ ਵਾਲੇ ਸੀਗੇ ਜਿਨ੍ਹਾਂ ਦੇ ਉੱਤੇ ਆਲਰੇਡੀ ਅਸੀਂ ਲੀਗਲ ਐਕਸ਼ਨ ਵੀ ਲੈ ਚੁੱਕੇ ਹਾਂ, ਡਿਪਾਰਟਮੈਂਟਲ ਐਕਸ਼ਨ ਵੀ ਲੈ ਚੁੱਕੇ ਹਾਂ। ਔਰ ਉਸ ਤੋਂ ਬਾਅਦ ਦੇ ਵਿੱਚ ਉੱਥੋਂ ਨਿਕਲਣ ਤੋਂ ਬਾਅਦ ਇਹ ਪੈਦਲ ਚੱਲ ਕੇ ਅਤੇ ਜਿਹੜੀ ਚੱਬਾ ਦੇ ਉੱਤੇ ਜਿਹੜੀ ਆਪਣੇ ਬਾਬਾ ਨੌਧ ਸਿੰਘ ਜੀ ਦੀ ਸਮਾਧ ਆ ਉੱਥੇ ਗਏ, ਉੱਥੇ ਇਹਨਾਂ ਨੇ ਚਾਹ ਵਗੈਰਾ ਪੀਤੀ। 50 ਰੁਪਏ ਇਹਨਾਂ ਦੇ ਕੋਲੇ ਸੀਗੇ, ਉੱਥੋਂ ਇਹਨਾਂ ਨੇ ਆਟੋ ਲਿਆ, ਆਟੋ ਲੈ ਕੇ ਫਿਰ ਇਹ ਤਰਨ ਤਾਰਨ ਗਏ ਆਟੋ ਲੈ ਕੇ। ਉਹ 20 ਰੁਪਏ ਪਰ ਸਵਾਰੀ ਦੇ ਹਿਸਾਬ ਨਾਲ ਲਏ, ਉਹਦੇ ਨਾਲ ਥੋੜ੍ਹੀ ਇਹਨਾਂ ਨੇ ਬਾਰਗੇਨਿੰਗ ਕਰ ਲਈ। ਤਰਨ ਤਾਰਨ ਤੋਂ ਬਾਅਦ ਦੇ ਵਿੱਚ ਫਿਰ ਇੱਕ ਇਹਨਾਂ ਦਾ ਇੱਕ ਭਰਾ ਹੈਗਾ ਹੈ, ਉਹਦਾ ਸਾਲਾ ਰਛਪਾਲ ਸਿੰਘ, ਉਹ ਇਹਨਾਂ ਨੂੰ ਬਿਠਾ ਕੇ ਫਿਰ ਰੂੜੀਵਾਲ ਪਿੰਡ ਲੈ ਕੇ ਗਿਆ, ਜਿਹੜਾ ਇਹ ਪਿੰਡ ਆ ਰੂੜੀਵਾਲ। ਰੂੜੀਵਾਲ ਪਿੰਡ ਦੇ ਵਿੱਚ ਜਾ ਕੇ ਉਹਨੇ ਇਹਨਾਂ ਦੀ ਜਿਹੜੀ ਮਦਰ ਅਤੇ ਸਿਸਟਰ ਆ ਉਹ ਇੱਕ ਅਲੱਗ ਘਰ ਰਹਿ ਕੇ ਹੁਣ ਰਹਿ ਰਹੀਆਂ ਸੀਗੀਆਂ। ਉਹ ਤਿੰਨੋਂ ਜਾਣੇ ਰਾਤ ਉੱਥੇ ਰੁਕੇ। ਅਗਲੇ ਦਿਨ ਮੋਰਨਿੰਗ ਦੇ ਵਿੱਚ ਜਦੋਂ ਪੁਲਿਸ, ਅਸੀਂ ਕਿਉਂਕਿ ਸਾਨੂੰ ਇਹਨਾਂ ਦਾ ਨਵਾਂ ਐਡਰੈਸ ਲੱਭਣ 'ਤੇ ਥੋੜ੍ਹਾ ਟਾਈਮ ਲੱਗਿਆ ਸੀ, ਜਦੋਂ ਤੱਕ ਟੀਮ ਸਾਡੀ ਉੱਥੇ ਪਹੁੰਚੀ ਆ ਉਦੋਂ ਤੱਕ ਇਹ ਤਿੰਨੇ ਫਰਾਰ ਹੋ ਗਏ ਸੀ, ਪਰ ਸਿਸਟਰ ਅਤੇ ਮਦਰ ਜਿਹੜੀਆਂ ਸੀਗੀਆਂ ਉਹ ਫੜੀਆਂ ਗਈਆਂ ਸੀਗੀਆਂ, ਉਹਨਾਂ ਦੀ ਆਲਰੇਡੀ 212 ਦੇ ਵਿੱਚ ਅਰੈਸਟ ਪੈ ਚੁੱਕੀ ਹੈ। ਫਿਰ ਇਹ ਤਿੰਨੋਂ ਜਾਣੇ ਉੱਥੋਂ ਵਿਸ਼ਾਲ ਜਿਹੜਾ ਸੀਗਾ ਉਹ ਅਲੱਗ ਹੋ ਗਿਆ, ਇਹ ਜਿਹੜਾ ਜਰਨੈਲ ਸੀਗਾ ਇਹ। ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਖਬਰਾਂ ਦੇ ਇਸ ਬੁਲੇਟਿਨ ਵਿੱਚ। ਬਠਿੰਡਾ ਵਿਖੇ ਮਨਪ੍ਰੀਤ ਸਿੰਘ ਬਾਦਲ ਨੇ 37 ਕਰੋੜ ਰੁਪਏ ਦੇ 10 ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ। ਇਸੇ ਤਹਿਤ ਉਹਨਾਂ ਨੇ DAV ਕਾਲਜ ਛੱਪੜ ਦਾ ਨੀਂਹ ਪੱਥਰ ਵੀ ਰੱਖਿਆ, ਜਿੱਥੇ ਪਾਰਕ ਤੇ ਛੱਪੜ ਬਣਨ ਜਾ ਰਿਹਾ ਹੈ। ਨਵਾਂ ਬੱਸ ਸਟੈਂਡ ਤੇ 5 ਫਾਟਕਾਂ ਨੂੰ ਮਿਲਾਉਣ ਵਾਲਾ ਰੇਲ ਓਵਰ ਬ੍ਰਿਜ ਬਣਨ ਜਾ ਰਿਹਾ, ਜਿਸ ਦਾ ਕੰਮ ਤਕਰੀਬਨ 24 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ। ਉਹਨਾਂ ਨੇ ਕਿਹਾ ਕਿ ਬਠਿੰਡਾ ਸ਼ਹਿਰ 4-5 ਮੇਨ ਸਾਫ਼ ਸੁਥਰੇ ਸ਼ਹਿਰਾਂ ਵਿੱਚੋਂ ਇੱਕ ਹੋਵੇਗਾ। ਜਦ ਮਨਪ੍ਰੀਤ ਬਾਦਲ ਨੂੰ ਸਮਾਰਟਫੋਨ ਦੇਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਸਮਾਰਟਫੋਨ ਸਰਕਾਰ ਕੋਲ ਪਹੁੰਚਣ ਵਾਲੇ ਨੇ ਅਤੇ ਅਗਲੇ 2-3 ਮਹੀਨਿਆਂ ਵਿੱਚ ਸਮਾਰਟਫੋਨ ਵੰਡ ਦਿੱਤੇ ਜਾਣਗੇ। ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਇਹ ਵੀ ਵਿਸ਼ਵਾਸ ਦਵਾਇਆ ਕਿ ਪੈਸਿਆਂ ਦੀ ਕਮੀ ਕਾਰਨ ਬਠਿੰਡਾ ਦਾ ਕੋਈ ਵੀ ਕੰਮ ਨਹੀਂ ਰੁਕੇਗਾ। ਜੀ ਸਾਨੂੰ ਤਾਂ ਕਣਕ ਮਿਲਣੀ ਚਾਹੀਦੀ ਹੈ, ਕਣਕ ਕਾਰਡ ਕੱਟੇ ਹੋਏ ਨਾ ਜੀ, 3 ਸਾਲ ਪਹਿਲਾਂ ਮਿਲਦੀ ਸੀ, ਹੁਣ 3 ਸਾਲ ਹੋ ਗਏ ਕਾਰਡ ਬੰਦ ਹੋਇਆ ਜੀ। ਕੀ ਪਤਾ ਕੀ ਕਾਰਨ ਹੈ ਜੀ, ਕਹਿੰਦੇ ਪਿੱਛੇ ਤੋਂ ਕੱਟਿਆ ਗਿਆ। ਅਸੀਂ ਤਾਂ ਕਹਿੰਦੇ ਹਾਂ ਵੀ ਸਾਡੇ ਕਾਰਡ ਲੱਗ ਜਾਣ, ਹੋਰ ਤਾਂ ਕੀ ਕਹਿੰਦੇ। ਗਰੀਬ ਆਦਮੀ ਹੈ ਜੀ। ਹਾਂ, ਗਰੀਬ ਆਦਮੀ ਹੈ, ਦਿਹਾੜੀ ਵਾਲੇ। ਕੋਈ ਹੋਰ ਸਹੂਲਤ ਦੇਖੀ ਨਾ ਜੀ? ਕੋਈ ਸਹੂਲਤ ਨਹੀਂ ਜੀ। ਤੁਹਾਨੂੰ ਇਹਦਾ ਕੋਈ ਫਾਇਦਾ ਹੋ ਰਿਹਾ ਹੈਗਾ ਜਿਹੜਾ ਕਿ? ਨਾ ਜੀ, ਕੋਈ ਫਾਇਦਾ ਨਹੀਂ ਹੋਇਆ ਜੀ। ਕਾਹਦਾ ਇਹਦਾ? ਟੋਬੇ ਦਾ ਇਹਦਾ ਤਾਂ ਫਾਇਦਾ ਹੀ ਹੈ ਜੀ, ਟੋਬਾ ਭਰ ਜੂ, ਵਧੀਆ ਚੰਗੀ ਗੱਲ ਹੈ ਜੀ। ਸਭ ਅੱਜ ਬਠਿੰਡੇ ਸ਼ਹਿਰ ਦੇ ਵੱਖ ਵੱਖ ਥਾਵਾਂ 'ਤੇ ਜੋ ਬੜੇ ਲੰਬੇ ਸਮੇਂ ਤੋਂ ਮਸਲੇ ਲਮਕਦੇ ਆ ਰਹੇ ਸੀ, ਵੱਡੇ ਮਸਲੇ, ਚਾਹੇ ਉਹ ਪੀਣ ਵਾਲੇ ਪਾਣੀ ਦੇ ਸੀ, ਸੂਏਜ ਦੇ ਕੰਮ ਸੀ, ਗਲੀਆਂ ਨਾਲੀਆਂ ਦੇ ਕੰਮ ਸੀ,
तकरीबन 10 मुकामात ऐसे है जिथे 37 करोड़ की लागत नाल अज वो जिहड़ा बुनियादी ढांचा है जिहड़ा कि तहस नहस हो चुका सी उहदी शुरुआत जिहड़ी है ये बठिंडे शहर च हो जा रही है। इस तो इलावा बठिंडे दे जिहड़े वड्डे मसले सी एक नवां बस स्टैंड सी रेलवे दे पुल है क्योंकि बठिंडा रेलवे दे एतबार नाल बड़ा वड्डा जंक्शन है तो इत्थे एक रेल ओवरब्रिज बनन जा रहा जिहड़े कि 5 फाटकां नूं खत्म करन जा रहा है। मल्टी स्टोरी पार्किंग का काम सी ये सारे जिहड़े तरक्कियाती काम है ये अगले साल दे विच शुरू हो के और मेरी मैनूं पूरी उम्मीद है कि 24 महीनों दे विच ये सारे काम मुकम्मल हो जाएंगे और बठिंडे का नाम जिहड़ा है वो पंजाब दे जिहड़े 4-5 बहुत वधिया शहर गिने जाते हैं उन्हां शुमार हुंदा है। सो कोई ऐसी कसर बठिंडे वास्ते नहीं छड्डी जाएगी कि एक साफ सुथरा मॉडर्न शहर जिन्हों कहिंदे आ जिहदे च हर किस्म की सहूलत होवे ओ बठिंडे च ना हो। टेंडर वगैरह लग चुके है उहदी तकसीम जिहड़ी है वो शायद क्योंकि मैनू लगता गवर्नेंस रिफॉर्म्स महकमे ने करनी है फोन जिहड़े है वो गवर्नमेंट कोले पहुँचण जा रहे है अगले 2-3 महीनों चो सारे तकसीम हो जाएंगे। मनप्रीत जी कैप्टन साहब ने दिल्ली से प्रचार किया सी उन्होंने कहा मोहल्ला क्लिनिक खोले गए पंजाब दे विच किथे ने मोहल्ला क्लिनिक सब मैनू एदा कोई इलम नहीं है कि क्योंकि डायरेक्टली मेरे डिपार्टमेंट थले नहीं आते पर पिछले साल का जिहड़ा बजट है हैल्थ दे विच हैल्थ दे अतबार नाल 33% इजाफा जिहड़ा है वह पंजाब च होया और थोड़े सुनने वाले नूं भी दसदा कि जिहड़ी आयुष्मान भारत की स्कीम सीगी वो पंजाब दे और गवर्नमेंट ऑफ इंडिया की स्कीम सी वह सिर्फ पंजाब दे 19 लाख खानदाना च तक ये महदूद सीगी और पंजाब ने आयुष्मान भारत की जिहड़ी स्कीम है यू तकरीबन 33-35 लाख परिवारां च लै चुके हैं जिहदे नाल कि काफ़ी जिहड़े हैल्थ दे मसले है ये 5 लाख तक की जे किसी भी अपना इलाज करवाउणा है तो आयुष्मान भारत च यह कवर हो जाता है। साड़ी बजट जे सानू इजाजत दिंदा देवे और इस साल का बजट जिहड़ा कि आना है मैं तुहानू दस नहीं सकता पर जे बजट ने इजाजत दिती हो सकता है पंजाब इहनू यूनीवर्सल लै जाए इहदा मतलब भी हर खानदान जिहड़ा 5 लाख तक का इलाज जिहड़ा है किसी भी पंजाब के हस्पताल तो करा सकता है। सो इस करके इहदे नाल तकरीबन जिहड़ी बुनियादी सेहत सहूलत है मैं वड्डी नहीं पर जिहड़ी बुनियादी सेहत सहूलत है ਉਹ ਪੰਜਾਬ ਦੇ ਹਰ ਇਨਸਾਨ ਨੂੰ ਮਹੱਈਆ ਹੋ ਜਾਏਗੀ। ਇੱਕ ਦਿੱਲੀ ਦੇ ਪ੍ਰਚਾਰ ਕਿਤੇ ਕੈਪਟਨ ਸਾਹਿਬ ਨੇ ਸਮਾਰਟ ਸਕੂਲ ਬਣਾਉਣ ਦੀ ਗੱਲ ਕੀਤੀ ਆ। ਕੈਪਟਨ ਸਾਹਿਬ ਨੇ ਕਿਹਾ ਸਮਾਰਟ ਸਕੂਲ ਬਣਾਏ ਗਏ ਪੰਜਾਬ ਦੇ ਵਿੱਚ। ਸਮਾਰਟ ਸਕੂਲ ਜਿਹੜੇ ਆ ਉਹ ਤਕਰੀਬਨ ਜੇ ਮੇਰੀ ਯਾਦਾਸ਼ਤ ਮੈਨੂੰ ਧੋਖਾ ਨਹੀਂ ਦੇ ਰਹੀ ਤਾਂ ਤਕਰੀਬਨ 3000 ਸਮਾਰਟ ਸਕੂਲ ਜਿਹੜਾ ਪੰਜਾਬ 'ਚ ਬਣ ਚੁੱਕਿਆ। ਪੰਜਾਬ 'ਚ ਤਕਰੀਬਨ 13000 ਸਕੂਲਸ ਹੈਗੇ ਔਰ ਆਹਿਸਤਾ ਆਹਿਸਤਾ ਕਿਸ਼ਤਾਂ ਦੇ ਵਿੱਚ ਟੋਟਲ ਪੰਜਾਬ ਜਿਹੜਾ ਹੈ ਇਹਨੂੰ ਸਮਾਰਟ ਸਕੂਲ 'ਚ ਤਬਦੀਲ ਕਰ ਦਿੱਤਾ ਜਾਏਗਾ। ਬਟ ਤੁਸੀਂ ਬੇਰ ਖਾਣੇ ਆ ਕਿ ਬੇਰੀਆਂ ਗਿਣਨੀਆਂ ਜੇ ਕਿਸੇ ਨੇ ਬਣਾ ਤੇ ਜਾਂ ਸਰਕਾਰ ਨੇ ਕਿਉਂਕਿ ਜਿਹੜੇ ਵੀ ਕੰਮ ਦੀ ਸ਼ੁਰੂਆਤ ਹੈ ਜਿਵੇਂ ਆਪਾਂ ਅੱਜ ਇੱਥੇ ਖੜੇ ਹਾਂ 18 ਕਰੋੜ ਰੁਪਏ ਇੱਥੇ ਇੱਕ ਮਿੰਟ ਇੱਥੇ ਆਪਾਂ ਦੀਵਾਰ ਸ਼ੁਰੂ ਕਰਨੀ ਹੈ 77 ਲੱਖ ਨਾਲ ਦੀਵਾਰ ਸ਼ੁਰੂ ਹੋਊਗੀ ਤਾਂ ਇਹ ਯਕਮੁਸ਼ ਤਾਂ ਬਣ ਨਹੀਂ ਜਾਏਗੀ ਇੱਕ ਪਾਸੇ ਸ਼ੁਰੂ ਕਰਾਂਗੇ ਫਿਰ ਹੀ ਦੂਜੇ ਪਾਸੇ 1-2 ਮਹੀਨੇ ਵੀ ਲੱਗ ਸਕਦੇ ਆ। ਜੇ ਪੰਜਾਬ ਦੇ 13000 ਸਕੂਲ ਬਹੁਤ ਜ਼ਿਆਦਾ ਤਾਦਾਦ ਹੁੰਦੀ ਹੈ ਯਕਮੁਸ਼ 13000 ਸਕੂਲ ਨੂੰ ਸਮਾਰਟ ਬਣਾਉਣਾ ਬੜਾ ਮੁਸ਼ਕਿਲ ਹੈ। ਜੇ ਕਿਸੇ ਨੇ ਸਮਾਰਟ ਸਕੂਲ ਡੋਨੇਟ ਕਰ ਦਿੱਤਾ ਤਾਂ ਅਸੀਂ ਉਹਦਾ ਵੈਲਕਮ ਕਰਦੇ ਹਾਂ। ਸਭ 500 ਰੁਪਏ ਨਾਲ ਭਾਰੀ ਬੋਝ ਪਏਗਾ ਅਸੀਂ ਜਿਹਨੇ ਰਜਿਸਟਰੀ ਕਰਾਉਣੀ ਹੈ ਤਾਂ ਮੇਰਾ ਨਹੀਂ ਖਿਆਲ ਕਿ 500 ਨਾ ਬਟ ਅੱਛਾ ਮੈਨੂੰ ਇਹਦਾ ਇਲਮ ਨਹੀਂ ਹੈ ਸਭ। ਤੁਸੀਂ ਵੀ ਪ੍ਰਚਾਰ ਕਰਕੇ ਆਏ ਦਿੱਲੀ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਕਾਂਗਰਸ ਪਾਰਟੀ? ਲੋਕ ਕਾਂਗਰਸ ਪਾਰਟੀ ਨਾਲ ਦਿੱਲੀ 'ਚ ਪਿਆਰ ਕਰਦੇ ਆ ਔਰ ਜਿਹੜਾ ਕਾਰੋਬਾਰੀ ਬੰਦਾ ਹੈ ਜਿਹੜਾ ਦੁਕਾਨਦਾਰ ਬੰਦਾ ਹੈ ਕਿਉਂਕਿ ਉਹਨਾਂ ਨੇ ਜਿਹੜਾ 10 ਸਾਲ ਦਾ ਕਾਂਗਰਸ ਦਾ ਦੌਰ ਦੇਖਿਆ ਔਰ ਡਾਕਟਰ ਮਨਮੋਹਨ ਸਿੰਘ ਉਦੋਂ ਉਸ ਵੇਲੇ ਪ੍ਰਧਾਨ ਮੰਤਰੀ ਸੀ ਉਸ ਵੇਲੇ ਕਾਰੋਬਾਰ ਬੜੀ ਤੇਜ਼ੀ ਨਾਲ ਚੱਲ ਰਿਹਾ ਸੀ। ਲੋਕ ਜਿਹੜੇ ਹੈ ਮੌਜੂਦਾ ਸਰਕਾਰਾਂ ਤੋਂ ਮਾਯੂਸ ਹੈ ਕਿ ਕਾਰੋਬਾਰ ਠੱਪ ਹੋ ਗਿਆ ਮੰਦੇ ਹਾਲ 'ਚ ਕਾਰੋਬਾਰ ਚਲਾ ਗਿਆ ਇਸ ਕਰਕੇ ਲੋਕ ਕਾਂਗਰਸ ਪਾਰਟੀ ਨੂੰ ਯਾਦ ਕਰਦੇ। ਪੰਜਾਬ ਸਰਕਾਰ ਨੇ ਫੈਸਲਾ ਦਿੱਤਾ ਸਰਕਾਰੀ ਬੋਰਡ 'ਤੇ ਉਹਨਾਂ ਨੂੰ ਨਿਲਾਮ ਕਰਨ ਦਾ
ਮੇਰੇ ਹੁੰਦੇ ਹੋਏ ਤਾਂ ਨਹੀਂ ਲਿਆ ਜੀ, ਇਹ ਪਤਾ ਨਹੀਂ ਤੁਹਾਨੂੰ ਇਹ ਇਨਫੋਰਮੇਸ਼ਨ ਹੈ। ਪੰਜਾਬ 'ਚ ਕੋਈ ਸਰਕਾਰੀ ਪ੍ਰੋਪਰਟੀ ਨਿਲਾਮ ਨਹੀਂ, ਅਸੀਂ ਖਰੀਦਾਂਗੇ, ਨਿਲਾਮ ਨਹੀਂ ਕਰਾਂਗੇ। ਸ਼ਾਮਲਾਟਾਂ ਦਾ ਨਵਾਂ ਕਾਨੂੰਨ ਬਣਾਉਣ ਜਾ ਰਹੇ ਹਾਂ ਕਿ ਜਿੰਨੀਆਂ ਵੀ ਸ਼ਾਮਲਾਟਾਂ ਹੈ, ਜਿੰਨੀਆਂ ਵੀ ਦਰਿਆਵਾਂ ਦੇ ਨਾਲ ਜਿੰਨੀਆਂ ਵੀ ਇਵੈਕਿਊਈ ਪ੍ਰੋਪਰਟੀਜ਼ ਹੈ, ਕੋਈ ਐਸਾ ਕਾਨੂੰਨ ਹੋ ਜਾਵੇ ਕਿ ਜਿਹੜੇ ਲੋਕ ਉਹਦੇ 'ਤੇ ਕਾਬਜ਼ ਹੈ ਉਹਨਾਂ ਨੂੰ ਜਿਹੜੇ ਨੋਰਮਲ ਰੇਟ 'ਤੇ ਰਜਿਸਟਰੀਆਂ ਹੋ ਜਾਣ ਤਾਂ ਕਿ ਲੋਕ ਉਹਨਾਂ ਦੇ ਮਾਲਕ ਬਣ। ਇੱਕ ਅਕਾਲੀ ਦਲ ਰੈਲੀਆਂ ਕਰਨ ਜਾ ਰਹੇ ਜੀ, ਉਹਨਾਂ 29 ਤਰੀਕ ਨੂੰ ਬਠਿੰਡੇ ਰੈਲੀ ਰੱਖੀ ਗਈ ਹੈ ਜੀ, ਤਾਂ ਉਹਨਾਂ ਦਾ ਮੁਬਾਰਕ ਹੋਵੇ ਜੀ ਰੈਲੀਆਂ। ਫਰੀਦਕੋਟ ਦੇ ਜੈਤੋ CIA ਸਟਾਫ ਦੇ ਅਧਿਕਾਰੀ ਦੁਆਰਾ ਕਰੇਟਾ ਕਾਰ ਵਿੱਚ ਸਵਾਰ ਦੋ ਨਸ਼ਾ ਤਸਕਰਾਂ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕੀਤਾ ਗਿਆ ਅਤੇ ਉਹਨਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਵਿਅਕਤੀਆਂ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਦੱਸਦੇ ਕਿ ਪੁਲਿਸ ਨੇ ਦੋਨਾਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ASC ਹਰਬੰਸ ਸਿੰਘ CIA ਸਟਾਫ ਜੈਤੋ, ਜਿਹੜਾ ਕਿ ਆਪਣੇ ਨਾਲ ਦੇ ਹੋਰ ਸਾਥੀ ਮੁਲਾਜ਼ਮਾਂ ਨਾਲ ਕਚਹਿਰੀ ਫਰੀਦਕੋਟ ਆਇਆ ਹੋਇਆ ਸੀ, ਜਿਸ ਪਾਸ ਇਨਫੋਰਮੇਸ਼ਨਸ ਉਸਦੇ ਥਾਣੇ ਦੇ ਸਹਾਇਕ ਥਾਣੇਦਾਰ ਵੱਲੋਂ ਦਿੱਤੀ ਗਈ ਕਿ ਉਹ ਗਸ਼ਤ ਦੇ ਸੰਬੰਧ ਵਿੱਚ ਫਰੀਦਕੋਟ ਨੂੰ ਗੋਲੇ ਵਾਲੇ ਤੋਂ ਵਾਪਸ ਆ ਰਹੇ ਸੀਗੇ। ਜਦ ਉਹ ਬੇਗੂਵਾਲਾ ਜਾਂਦੀ ਲਿੰਕ ਰੋਡ ਪਰ ਪੁੱਜੇ ਤਾਂ ਉਹਨਾਂ ਨੇ ਇੱਕ ਕਰੇਟਾ ਕਾਰ ਨੰਬਰੀ PB09EE7021 ਵਾਈਟ ਕਲਰ, ਜੋ ਕਿ ਸ਼ੱਕੀ ਹਾਲਤ ਦੇ ਵਿੱਚ ਉਹਨਾਂ ਨੇ ਰੋਕੀ ਹੈ। ਜੋ ਕਾਰ ਦਾ ਜਿਹੜਾ ਨੌਜਵਾਨ ਜਿਹੜਾ ਕਾਰ ਨੂੰ ਚਲਾ ਰਿਹਾ ਹੈ ਉਹਦਾ ਨਾਮ ਹਰਦੀਪ ਸਿੰਘ ਉਰਫ ਬਿੱਲਾ ਪੁੱਤਰ ਲਛਮਣ ਸਿੰਘ, ਪਿੰਡ ਕੇਸਰ ਸਿੰਘ ਵਾਲਾ, ਮਲੂਕਾ ਪੱਤੀ ਗੋਲੇਵਾਲਾ, ਅਤੇ ਨਾਲ ਦੀ ਸੀਟ 'ਤੇ ਬੈਠਾ ਹੋਇਆ ਜਿਹੜਾ ਨੌਜਵਾਨ ਹੈ ਤਰਸੇਮ ਸਿੰਘ ਸੰਧੂ ਪੁੱਤਰ ਦਲੀਪ ਸਿੰਘ ਪੁੱਤਰ ਲਾਲ ਸਿੰਘ ਵਾਸੇ ਕੋਠੇ ਮਲੂਕਾ ਪੱਤੀ ਗੋਲੇਵਾਲਾ। ਜੋ ਇਨਫੋਰਮੇਸ਼ਨ ਹੋਣ 'ਤੇ ਸਹਾਇਕ ਥਾਣੇਦਾਰ ਹਰਬੰਸ ਸਿੰਘ ਮੌਕੇ 'ਤੇ ਪੁੱਜਾ, ਮੌਕੇ 'ਤੇ ਪੁੱਜ ਕੇ ਉਹਨਾਂ ਪਾਸੋਂ ਪੁੱਛਗਿੱਛ ਕੀਤੀ। ਜੋ ਦੌਰਾਨੇ ਪੁੱਛਗਿੱਛ ਉਹਨਾਂ ਨੇ ਆਪਣੀ ਕਾਰ ਦੀ ਅਤੇ ਆਪਣੀ ਤਲਾਸ਼ੀ ਕਰਵਾਉਣ ਸੰਬੰਧੀ ਆਪਣੇ ਕਿਸੇ ਗਜ਼ਟਡ ਅਫਸਰ ਪਾਸੋਂ ਕਰਾਉਣ ਬਾਰੇ ਇੱਛਾ ਪ੍ਰਗਟ ਕੀਤੀ, ਜਿਸ ਦੇ ਆਧਾਰ 'ਤੇ ਉੱਥੇ ਮੇਰੇ ਵੱਲੋਂ ਮੌਕੇ 'ਤੇ ਪੁੱਜ ਕੇ ਦੋਨਾਂ ਵਿਅਕਤੀਆਂ ਦੀ ਵਾਰੀ ਵਾਰੀ ਤਲਾਸ਼ੀ ਕੀਤੀ। ਜੋ ਦੌਰਾਨੇ ਤਲਾਸ਼ੀ 505 ਗ੍ਰਾਮ ਅਫੀਮ ਹਰਦੀਪ ਸਿੰਘ ਉਰਫ ਬਿੱਲਾ ਦੀ ਪਹਿਨੀ ਹੋਈ ਜਿਹੜੀ ਜੈਕਟ ਹੈ ਉਹਦੀ ਜੇਬ ਵਿੱਚੋਂ ਬਰਾਮਦ ਹੋਈ। ਇਸੇ ਤਰੀਕੇ ਨਾਲ ਤਰਸੇਮ ਸਿੰਘ ਪਾਸੋਂ ਵੀ 507 ਗ੍ਰਾਮ ਅਫੀਮ ਬਰਾਮਦ ਹੋਈ। ਜੋ ਇਹਨਾਂ ਦੇ ਖਿਲਾਫ 18/85 NDPS ਐਕਟ ਦਾ ਥਾਣੇ ਸਦਰ ਫਰੀਦਕੋਟ ਮੁਕੱਦਮਾ ਰਜਿਸਟਰ ਕਰ ਲਿਆ ਗਿਆ। ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੱਜ ਪੇਸ਼ ਅਦਾਲਤ ਕੀਤਾ ਜਾਵੇਗਾ ਅਤੇ ਉਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਉਸ ਕੇਸ ਬਾਰੇ ਇਹਦੇ ਓਰੀਜਨ ਬਾਰੇ ਪਤਾ ਲਾਇਆ ਜਾ ਸਕੇ। ਇਹ ਡਿਊਰਿੰਗ ਇਨਵੈਸਟੀਗੇਸ਼ਨ ਹਜੇ ਚੱਲ ਰਿਹਾ ਹੈ, ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਊਗਾ। ਅਤੇ ਬਿਲਕੁਲ ਉਹ ਗੱਡੀ ਸਾਡੇ ਕਬਜ਼ੇ 'ਚ ਹੈ, ਉਸ ਗੱਡੀ ਬਾਰੇ ਵੀ ਅਸੀਂ ਉਹਦਾ ਜਿਹੜਾ ਡਾਕੂਮੈਂਟਸ ਹਾਸਲ ਕਰ ਰਹੇ ਹਾਂ। ਫਰਦਰ ਇਹ ਆ ਵੀ ਅਸੀਂ ਇਹ ਜਿਹੜੀ ਅਫੀਮ ਦਾ ਇਹ ਕਿੱਥੋਂ ਲੈ ਕੇ ਆ ਰਹੇ ਉਹਦੇ ਓਰੀਜਨ ਬਾਰੇ ਪਤਾ ਕਰ ਰਹੇ ਹਾਂ ਅਤੇ ਜਿਹੜੇ ਗੱਡੀ ਦੇ ਡਾਕੂਮੈਂਟਸ ਬਾਰੇ ਪਤਾ ਕਰ ਰਹੇ ਹਾਂ ਤਾਂ ਕਿ ਇਨਵੈਸਟੀਗੇਸ਼ਨ ਠੀਕ ਢੰਗ ਨਾਲ ਹੋ ਸਕੇ। ਹੁਣ ਇੱਕ ਵਾਰ ਫਿਰ ਵੇਲਾ ਹੋ ਗਿਆ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀਆਂ ਖਬਰਾਂ ਤੇ ਇਸ ਬੁਲੇਟਿਨ ਵਿੱਚ। ਪੰਜਾਬ ਸਰਕਾਰ ਦੇ ਵੱਲੋਂ ਅਲੱਗ ਅਲੱਗ ਚੀਜ਼ਾਂ ਤੇ ਲਗਾਏ ਗਏ ਗਊ ਸੈਸ ਤੋਂ ਬਾਅਦ ਵੀ ਅਵਾਰਾ ਪਸ਼ੂਆਂ ਦੀ ਸਮੱਸਿਆ ਹੱਲ ਨਹੀਂ ਹੋ ਰਹੀ ਹੈ, ਜਿਸ ਦੇ ਚੱਲਦਿਆਂ ਕਿਸਾਨਾਂ ਵਿੱਚ ਤੇ ਆਮ ਲੋਕਾਂ ਵਿੱਚ ਇਸ ਗੱਲ ਪ੍ਰਤੀ ਭਾਰੀ ਰੋਸ ਹੈ, ਕਿਉਂਕਿ ਆਮ ਤੌਰ ਤੇ ਇਹ ਅਵਾਰਾ ਪਸ਼ੂ ਖੇਤਾਂ ਵਿੱਚ ਵੜ ਕੇ ਫਸਲ ਖਰਾਬ ਕਰ ਦਿੰਦੇ ਨੇ, ਜਿਸ ਦੇ ਚੱਲਦਿਆਂ ਕਿਸਾਨਾਂ ਵੱਲੋਂ ਟਰਾਲੀਆਂ ਵਿੱਚ ਅਵਾਰਾ ਪਸ਼ੂਆਂ ਨੂੰ ਫਰੀਦਕੋਟ ਵਿਖੇ ਲਿਆਂਦਾ ਗਿਆ ਤੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦਿੱਤਾ ਗਿਆ ਤੇ ਅਵਾਰਾ ਪਸ਼ੂਆਂ ਨੂੰ ਪ੍ਰਸ਼ਾਸਨ ਦੇ ਹਵਾਲੇ ਕੀਤਾ ਗਿਆ। ਦੇਖੋ ਜੀ, ਅਵਾਰਾ ਪਸ਼ੂਆਂ ਨੇ ਸਾਨੂੰ ਬਹੁਤ ਤੰਗ ਕੀਤਾ ਹੋਇਆ। 50-50 100-100 ਦਾ ਝੁੰਡ ਫਿਰਦਾ ਅਤੇ ਜਿਹਦੇ ਖੇਤ 'ਚ ਵੜ ਜਾਂਦਾ ਉਹਦਾ ਉਜਾੜਾ ਕਰਕੇ ਖਤਮ ਕਰ ਦਿੰਦਾ ਅਤੇ ਉਹ ਕਿਸਾਨ ਦਾ ਖਰਚਾ ਵੀ ਨਹੀਂ ਪੂਰਾ ਹੁੰਦਾ, ਉਹਨੂੰ ਫਿਰ ਜਾਂ ਪੈਸੇ ਨਾ ਮਿਲੇ ਤਾਂ ਉਹਨੂੰ ਸੁਇਸਾਈਡ ਕਰਨਾ ਪੈਂਦਾ। ਇੱਥੇ ਹੀ ਗੱਲ ਨਹੀਂ, ਸੜਕਾਂ 'ਤੇ ਇੰਨੇ ਐਕਸੀਡੈਂਟ ਇਹਨਾਂ ਕਰਕੇ ਹੋ ਰਹੇ ਆ, ਰੋਜ਼ ਚੈਨਲਾਂ ਰਾਹੀਂ ਅਖਬਾਰਾਂ ਰਾਹੀਂ ਪੜ੍ਹਦੇ ਹਾਂ ਵੀ ਮੂਹਰੇ ਪਸ਼ੂ ਆ ਗਿਆ ਜੀ, ਐਕਸੀਡੈਂਟ ਹੋ ਗਿਆ। ਇਸੇ ਤਰ੍ਹਾਂ ਇੱਕ ਕਿਸਾਨ ਨੇ ਸਾਡਾ ਜ਼ਿਲ੍ਹਾ ਲੁਧਿਆਣੇ ਦਾ ਪ੍ਰਧਾਨ ਤੇ ਉਹਦੇ ਖੇਤ 'ਚ ਟੱਕਰ ਮਾਰ ਕੇ ਮਾਰਤਾ। ਇਵੇਂ
ਜਿਵੇਂ ਇੱਥੇ ਡੰਗਰਾਂ ਦਾ ਉਵੇਂ ਕੁੱਤਿਆਂ ਦਾ ਹਾਲ ਹੈ ਜੀ। ਕੋਈ ਘਰੋਂ ਬਾਹਰ ਨਹੀਂ ਨਿਕਲ ਸਕਦਾ ਪਿੰਡਾਂ 'ਚ, ਅਤੇ ਨਾਲੇ ਆਹ ਸਾਡੇ 'ਤੇ ਇਹਨਾਂ ਨੇ ਕੇਸ ਆ, ਤੁਸੀਂ ਪੋਲਿਊਸ਼ਨ ਪੈਦਾ ਕਰਦੇ ਹੋ ਜੀ। ਪੋਲਿਊਸ਼ਨ ਤਾਂ ਪਹਿਲਾਂ ਸਾਡੇ ਘਰ ਜਾਂਦੀ ਹੈ ਜਾ ਕੇ ਲਾਉਂਦੇ ਹਾਂ, ਦਿੱਲੀ ਥੋੜ੍ਹਾ ਜਾ ਵੜਦੀ ਹੈ ਪੋਲਿਊਸ਼ਨ, ਅਤੇ ਇਹਨਾਂ ਨੇ ਗ੍ਰੀਨ ਟ੍ਰਿਬਿਊਨਲ ਦੀਆਂ ਗੱਲਾਂ ਨਹੀਂ ਮੰਨੀਆਂ ਅਤੇ ਸਾਡੇ 'ਤੇ ਕੇਸ ਬਣਾ ਦਿੱਤੇ। ਉਹ ਵੀ ਸਾਡੀ ਮੰਗ ਆ ਵੀ ਸਾਰੇ ਜਿੰਨੇ ਕੇਸ ਬਣੇ ਆ ਵਿੱਡਿਆ ਕਰੋ, ਕਿਸੇ ਕੋਈ ਅਸੀਂ ਜੁਰਮਾਨਾ ਨਹੀਂ ਦੇਵਾਂਗੇ, ਕਿਸੇ ਨੂੰ ਜੇਲ੍ਹ ਨਹੀਂ ਕੱਟਣ ਦੇਵਾਂਗੇ। ਜੇ ਕਿਸੇ ਨੂੰ ਫੜ ਕੇ ਜੇਲ੍ਹ ਦੇਣਗੇ ਉੱਥੋਂ ਹੀ ਅਸੀਂ ਮੋਰਚਾ ਸ਼ੁਰੂ ਕਰ ਦਾਂਗੇ। ਤੁਸੀਂ ਆਪਣੇ ਸੰਬੋਧਨ ਦੇ ਵਿੱਚ ਕਿਹਾ ਸੀਗਾ ਕਿ ਪੰਜਾਬ ਸਰਕਾਰ ਨੇ ਮੰਡੀ ਬੋਰਡ ਨੂੰ ਜਿਹੜਾ ਹੈਗਾ ਗਹਿਣੇ ਪਾ ਦਿੱਤਾ ਹੈਗਾ, ਕੀ ਮਸਲਾ ਜੀ, ਕੀ ਸਾਰਾ ਮਾਮਲਾ ਕੀ ਹੈ? ਦੇਖੋ ਜੀ, ਮੈਨੂੰ ਬਹੁਤਾ ਨਹੀਂ ਪਤਾ, ਮੈਂ ਤਾਂ ਅਖਬਾਰਾਂ 'ਚ ਪੜ੍ਹਿਆ, ਮੈਂ ਇਹਦਾ ਚੇਅਰਮੈਨ ਰਿਹਾ। ਮੈਨੂੰ ਉਸ ਵੇਲੇ ਦੀ ਸਰਕਾਰ ਨੇ ਕਿਹਾ ਸੀ ਵੀ 500 ਕਰੋੜ ਕਰਜ਼ਾ ਲੈ ਲਓ, ਮੈਂ ਕਿਹਾ ਜੀ 300 ਕਰੋੜ ਦੀ ਕਿਸ਼ਤ ਮੈਂ ਲਾ ਸਕਦਾ, ਮੈਂ ਮੰਡੀ ਬੋਰਡ ਗਹਿਣੇ ਨਹੀਂ ਕਰਨਾ। 300 ਕਰੋੜ ਲਿਆ ਸੀ, ਕਿਸ਼ਤਾਂ ਉਹਦੀਆਂ ਲੈਂਦੀਆਂ ਸੀ, ਔਰ ਜਿੰਨੇ ਮੁਲਾਜ਼ਮਾਂ ਮੰਡੀ ਬੋਰਡ ਦੇ 3 ਤਰੀਕ ਤੋਂ ਪਹਿਲਾਂ ਹਰੇਕ ਨੂੰ ਤਨਖਾਹ ਮਿਲਦੀ ਸੀ ਔਰ ਮੁਨਾਫੇਬੰਦ ਅਦਾਰਾ ਸੀਗਾ। ਉਹ ਤੋਂ ਬਾਅਦ ਪਤਾ ਲੱਗਿਆ ਵੀ ਕਿਸਾਨਾਂ ਦਾ ਕਰਜ਼ਾ ਲਾਉਣ ਵਾਸਤੇ ਇਹਨਾਂ ਨੇ ਪਹਿਲਾਂ ਹੀ 10 ਲੱਖ ਕਰੋੜ ਚੱਕ ਲਿਆ, ਅਤੇ ਹੁਣ 12 ਕਰੋੜ 'ਚ ਪੇਪਰਾਂ 'ਚ ਪੜ੍ਹਦਿਆਂ ਤੁਹਾਡੇ ਚੈਨਲਾਂ 'ਤੇ ਸੁਣ ਰਿਹਾ ਵੀ 12 ਕਰੋੜ 'ਚ ਮੰਡੀ ਬੋਰਡ ਗਹਿਣੇ ਕਰਤਾ, ਅਤੇ ਉਹ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਣੀ। ਜਿਵੇਂ ਹੁਣ ਟੀਚਰ ਤੁਰੇ ਫਿਰਦੇ ਆ, ਹੋਰ ਮੁਲਾਜ਼ਮ ਤੁਰੇ ਫਿਰਦੇ ਆ, ਮੰਡੀ ਬੋਰਡ ਦੇ ਵੀ ਤੁਰੇ ਫਿਰਨਗੇ। ਇਸ ਕਰਕੇ ਇਹ ਮੰਡੀ ਬੋਰਡ ਦਾ ਜਿਹੜਾ ਢਾਂਚਾ ਇਹ ਖਤਮ ਹੋ ਗਿਆ, ਉਹਦੇ ਨਾਲ ਕਿਸਾਨੀ ਵੀ ਖਤਮ ਹੋ ਜੂਗੀ, ਸਾਡੀਆਂ ਮੰਡੀਆਂ ਖਰਾਬ ਹੋ ਜਾਣਗੀਆਂ, ਸਾਡੀਆਂ ਸੜਕਾਂ ਜਿਹੜੀਆਂ ਰੂਰਲ ਬਣਦੀਆਂ ਨੇ ਉਹ ਨਹੀਂ ਬਣਨਗੀਆਂ ਗਾਹਾਂ ਨੂੰ। ਅਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਮੰਡੀ ਬੋਰਡ 'ਤੇ ਇਹਨਾਂ ਨੂੰ ਗਹਿਣੇ ਨਹੀਂ ਕਰਨਾ ਚਾਹੀਦਾ, ਕਰਜ਼ਾ ਨਹੀਂ ਚੱਕਣਾ ਚਾਹੀਦਾ ਬਹੁਤਾ, ਓਨਾ ਕੁ ਚੱਕਣ ਜਿੰਨੀ ਮੰਡੀ ਬੋਰਡ ਆਪਦੀ ਆਮਦਨ 'ਚੋਂ ਕਿਸ਼ਤ ਲਾ ਸਕਣ। ਤੁਹਾਡੇ ਸਾਹਮਣੇ ਹੋਈ ਆ ਪ੍ਰਸ਼ਾਸਨ ਦੀ, ਤੁਸੀਂ ਬੈਲਟ ਵੀ ਲੈ ਲਈ ਆ। ਅਸੀਂ ਤਾਂ ਇਹਨਾਂ ਨੂੰ ਜਾਗਰੂਕ ਕਰਨ ਆਏ ਹਾਂ। ਕੱਲ੍ਹ ਲੁਧਿਆਣੇ ਸੀ, ਉੱਥੇ 150 ਟਰਾਲੀ ਸੀ, ਕਾਫੀ ਕੁ ਸਮਾਨ ਵੀ ਪਿਆ, 18 ਨੂੰ ਜਲੰਧਰ ਆ, ਪਰ ਕਿਉਂਕਿ ਸਰਕਾਰ ਹੁਣ ਮਾੜੀਆਂ ਨੀਤੀਆਂ 'ਤੇ ਆ ਗਈ ਆ, ਇਹ ਸ਼ਹਿਰੀਆਂ ਨੂੰ ਚੱਕ ਕੇ ਸਾਡੇ ਨਾਲ ਲੜਾਉਂਦੀ ਆ। ਇਹ ਜੀ ਡੰਗਰ ਸ਼ਹਿਰ ਛੱਡਣ ਆ ਗਏ ਜੀ, ਗਊ ਭਗਤ ਸਾਡੇ ਨਾਲ ਲੜਦੇ ਨੇ। 10 ਦੀ ਅਸੀਂ ਮੀਟਿੰਗ ਫੈਸਲਾ ਕਰਾਂਗੇ ਵੀ ਕੋਈ ਹੋਰ ਸਿਸਟਮ ਚਲਾਇਆ ਜਾਵੇ, ਇਹ ਨਾ ਹੋਵੇ ਵੀ ਜਿੱਥੇ ਅਸੀਂ ਜਿਵੇਂ ਹੁਣ ਇੱਥੇ ਡੰਗਰ ਲਿਆਉਂਦੇ ਆ ਸੰਭਾਲਕ ਤੌਰ 'ਤੇ, ਇਹੀ ਲੋਕ ਸਾਡੇ ਉੱਠ ਕੇ ਮਗਰ ਪੈ ਜਾਣ ਵੀ ਜਿਹੜੇ ਡੰਗਰ ਤੋਂ ਸਾਡੇ ਇਲਾਕੇ ਛੱਡਤੇ। ਜਿਹੜੇ ਲੁਧਿਆਣੇ ਛੁੱਟੇ ਇਹਨਾਂ ਨੇ ਟੱਕਾਂ 'ਚ ਲੈ ਲਏ, ਸਾਰਿਆਂ ਦੇ ਟੱਕਾਂ ਦੇ ਡਾਲੇ ਖੋਲ੍ਹਤੇ, ਉਹ ਸ਼ਹਿਰ 'ਚ ਵੜ ਗਏ ਜੀ, ਲੋਕ ਸਾਨੂੰ ਗਾਲਾਂ ਕੱਢਦੇ ਆ, ਟ੍ਰੈਫਿਕ ਜਾਮ ਹੋ ਗਈ ਜੀ, ਸਾਰਾ ਕੁਝ ਬੁਰਾ ਹਾਲ ਹੋ ਗਿਆ। ਪੰਜਾਬ ਸਰਕਾਰ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਸੰਜੀਦਾ ਕਿੰਨੀ ਕੁ ਰਹੀ? 1% ਵੀ ਨਹੀਂ ਰਹੀ ਜੀ, ਜਿੰਨੇ ਵਾਅਦੇ ਕੀਤੇ ਆ, ਥੋੜ੍ਹਾ ਜਿਹਾ ਕਰਜ਼ਾ ਮਾਫ਼ ਕੀਤਾ, ਸ਼ੁਰੂਆਤ ਕੀਤੀ ਆ, ਉਹਦੇ ਅਸੀਂ ਧੰਨਵਾਦੀ ਹਾਂ, ਬਾਕੀ ਕੋਈ ਵਾਅਦਾ ਪੂਰਾ ਨਹੀਂ ਕੀਤਾ। ਸੁਪਰੀਮ ਕੋਰਟ ਨੇ ਕਿਹਾ ਸੀ ਵੀ ਜਿਹਨੇ ਪਰਾਲੀ ਖੇਤ ਪਾਉਣੀ ਉਹਨੂੰ 2500 ਰੁਪਈਆ ਦਿਓ, ਇਹਨਾਂ ਨੇ ਦਿੱਤਾ ਨਹੀਂ, ਸਾਨੂੰ ਅੱਗ ਲਾਉਣੀ ਪੈ ਗਈ, ਉਹ ਜਿਹੜੇ ਕੇਸ ਆ ਅਸੀਂ ਉਹ ਚੱਲਣ ਨਹੀਂ ਦਿਆ। ਫਰੀਦਕੋਟ ਦੇ ਧਰਨੇ ਵਿੱਚ ਕਿਸਾਨਾਂ ਦੀ ਮਸ ਜਿਹੜੀ ਹੈਗੀ ਹੈ ਗਿਣਤੀ ਬਹੁਤ ਘੱਟ ਦਿਖੀ ਹੈ, ਕੀ ਲੱਗਦਾ? ਦੇਖੋ ਸਵੇਰੇ ਕਾਫੀ ਕਿਸਾਨ ਸੀ, ਨੌਜਵਾਨ ਵੀ ਸੀਗੇ, ਕਿਉਂਕਿ ਇਹ ਤੋਂ ਪਹਿਲਾਂ ਮੈਂ ਇੱਕ ਹੋਰ ਫੰਕਸ਼ਨ 'ਤੇ ਸੀ, ਇਹ ਗਲਤੀ ਨਹੀਂ ਕਰਾਂਗੇ, ਕੱਲ੍ਹ ਵੀ ਲੇਟ ਸਾਡਾ ਫੰਕਸ਼ਨ ਮੁੱਕਿਆ, ਇੱਕ ਮੇਰਾ ਫੰਕਸ਼ਨ ਸੀ ਮੁਕਤਸਰ, ਮੈਂ ਉੱਥੋਂ ਆਇਆ, ਇਸ ਕਰਕੇ ਲੇਟ ਹੋ ਗਏ, ਲੋਕ ਉੱਠ ਕੇ ਚਲੇ। ਕਿਸਾਨਾਂ ਨੇ ਜਿਹੜਾ ਆਵਾਰਾ ਪਸ਼ੂ ਨੇ ਜਿਹੜੇ ਇਹਨਾਂ ਦੀ ਫਸਲਾਂ ਬਰਬਾਦ ਕਰਦੇ ਨੇ, ਉਹਨਾਂ ਬਾਰੇ ਸਾਡੇ ਧਿਆਨ ਵਿੱਚ ਲਿਆਉਂਦੀ ਗੱਲ, ਅਸੀਂ ਪ੍ਰਸ਼ਾਸਨ ਪਹਿਲਾਂ ਹੀ ਜਾਣਦਾ, ਸਰਕਾਰੀ ਗਊਸ਼ਾਲਾ ਵੀ ਬਣਾਈ ਹੋਈ ਹੈ, ਅਸੀਂ ਉਹ ਐਕਸਟੈਂਡ ਕਰ ਰਹੇ ਹਾਂ ਅਜੇ, ਉਸ ਤੋਂ ਬਾਅਦ ਉੱਥੇ ਵਾਧੂ ਹੋਰ ਪਸ਼ੂ ਜਿਹੜੇ ਨੇ ਉਹ 25 ਏਕੜ ਦੇ ਵਿੱਚ ਸਾਡੇ ਕੋਲ ਗਊਸ਼ਾਲਾ ਹੈਗੀ ਆ, ਔਰ ਜਦੋਂ ਇੱਕ ਹੋਰ ਸ਼ੈੱਡ ਬਣ ਗਿਆ ਤਾਂ ਸਾਰੇ ਪਸ਼ੂ ਜਿਹੜੇ ਨੇ ਉੱਥੇ ਐਡਜਸਟ ਕਰਿਆ ਕਰਾਂਗੇ। ਇਹਨਾਂ ਦਾ ਭਰੋਸਾ ਦਵਾਇਆ, ਉਹ ਗ੍ਰਾਂਟ ਵਗੈਰਾ ਅਸੀਂ ਮੰਗੀ ਹੈ, ਜਦੋਂ ਵੱਧ ਗਈ ਤਾਂ ਸਾਰੇ ਪਸ਼ੂ ਦੇ ਰਜਿਸਟਰ ਹੋਣਗੇ। ਟਰਾਲੀਆਂ ਇਹ ਅਸੀਂ ਅਲੱਗ ਅਲੱਗ ਗਊਸ਼ਾਲਾ ਵਿੱਚ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਜਿੱਥੇ ਸਕੂਲਾਂ ਵਿੱਚ ਬੱਚਿਆਂ ਦੇ ਪੇਪਰ ਨੇੜੇ ਆ ਰਹੇ ਨੇ, ਉੱਥੇ ਲੀਡਰਾਂ ਦੀ ਮਿਲੀ ਭੁਗਤ ਨਾਲ ਬੱਚਿਆਂ ਦੀ ਪੜ੍ਹਾਈ ਵਿੱਚ ਰੁਕਾਵਟਾਂ ਪਾਈਆਂ ਜਾ ਰਹੀਆਂ ਨੇ। ਅਜਿਹਾ ਹੀ ਮਾਮਲਾ ਜ਼ਿਲ੍ਹਾ ਪਟਿਆਲਾ ਦੇ ਪਿੰਡ ਬੋਲਡ ਕਲਾਂ ਵਿੱਚ ਸਾਹਮਣੇ ਆਇਆ, ਜਿੱਥੇ ਕਿ ਅਧਿਆਪਕ ਦੀ ਬਦਲੀ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਰੋਸ ਵੱਧਦਾ ਹੀ ਜਾ ਰਿਹਾ, ਜਿਸ ਦੇ ਚੱਲਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਤਾ ਪਿਤਾ ਨੇ DC ਦਫ਼ਤਰ ਅੱਗੇ ਧਰਨਾ ਦਿੱਤਾ ਅਤੇ ਨਾਅਰੇਬਾਜ਼ੀ ਕੀਤੀ। ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਨੇ ਦੱਸਿਆ ਕਿ ਉਹਨਾਂ ਦੇ ਅਧਿਆਪਕ ਭੁਪਿੰਦਰ ਸਿੰਘ ਦੀ ਬਦਲੀ ਉਹਨਾਂ ਦੇ ਪਿੰਡ ਦੇ ਸਰਪੰਚ ਅਤੇ ਮੈਂਬਰਾਂ ਦੁਆਰਾ ਕਿਤੇ ਹੋਰ ਕਰਵਾ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ
सरपंच वालों उन्होंने धमकी भी दी गई है कि वह भुपेंद्र सिंह वापस नहीं आन देंगे। उन्हें यह भी दसिया कि भुपेंद्र सिंह बहुत वधिया पढ़ाते सो गरीब विद्यार्थियों की किताबा कापियां लैण मदद भी करते सो बच्चों के घर जाकर भी पढ़ाते। उन्हें यह भी दसिया कि जेकर कोई बच्चा दूर तो आता सो वह आप उस बच्चे घर भी छड़ के आते। इस मौके पर बच्चों ने पेपर का बाइकाट कर ऐलान भी किया। उन्होंने वालों मांग की है कि भुपेंद्र सिंह की बदली से रोक लगाई जाए। ਸਕੂਲ ਪੜ੍ਹਦੇ ਹੋ? ਸਰਕਾਰੀ ਹਾਈ ਸਕੂਲ ਬੋਲਣ ਵਾਲਾ। ਅੱਜ ਜਿਹੜਾ ਜ਼ਿਲ੍ਹਾ ਸਿੱਖਿਆ ਅਫਸਰ ਦੇ ਬਾਹਰ ਜਿਹੜਾ ਧਰਨਾ ਲਗਾਇਆ, ਕੀ ਕਾਰਨ ਕੀ ਅੱਜ? ਸਾਨੂੰ ਸਾਡਾ ਸਰ ਚਾਹੀਦਾ ਭੁਪਿੰਦਰ ਸਰ ਜੀ, ਉਹ ਬਹੁਤ ਵਧੀਆ ਪੜ੍ਹਾਵੇ ਦੇਈ, ਸਾਰਿਆਂ ਵਧੀਆ ਦੇਈ, ਜਿਹੜਾ ਕੋਈ ਕੰਮ ਕਰੇ ਤਾਂ ਉਹ ਬਹੁਤ ਵਧੀਆ ਕਰੇ ਤਾਂ ਜੀ, ਉਹ ਚਾਹੀਦੇ ਬਸ ਹੀ ਉਹਨੂੰ ਜੀ। ਕਿਉਂ ਕੀ ਕਾਰਨ ਕੀ ਕਿਉਂ ਵਧੀਆ ਪੜ੍ਹਾਉਂਦੇ ਤਾਂ ਕਰਕੇ? ਹਾਂ ਜੀ। ਕਿਉਂ ਬਦਲੀ ਕਿਉਂ ਕੀਤੀ ਗਈ? ਉਹ ਜਿਹੜੇ ਪਿੰਡ ਦੇ ਸਰਪੰਚ ਦੇ ਯਾਰ ਮੈਂਬਰ ਜੀ ਜਿਹੜਾ ਸਰ ਕੰਮ ਕਰੇ ਤਾਂ ਉਹ ਸਿੱਧਾ ਸਰਕਾਰ 'ਤੇ ਪੈਸੇ ਲਏਦਾ ਜੀ, ਮਤਲਬ ਸਰਪੰਚ ਵਾ ਨਹੀਂ ਆਵੇਂ ਦੇ, ਉਹ ਸਰਪੰਚ ਨੂੰ ਖਾਣੇ ਨੂੰ ਨਹੀਂ ਮਿਲੇ ਦੇ ਪੈਸੇ, ਤਾਂ ਕਰਕੇ ਬਦਲੀ ਕਰੀਏ ਜੀ। ਨਹੀਂ ਹੁਣ ਇੱਥੇ ਤੁਸੀਂ ਕਿਹਦੇ ਨਾਲ ਆਏ ਹੋ? ਇੱਥੇ ਆਪਣੇ ਘਰ ਦੇ ਨਾਲ ਆਏ ਹਾਂ ਜੀ। ਹਾਂ ਜੀ, ਮਨਜੀਤ ਸਰ ਗੈਰ ਰਲੇ ਵੀ ਆਏ ਬਦਲੀ ਕਰਾਉਣੇ ਮੈਂ ਜੀ। ਹਾਂ ਜੀ, ਬਹੁਤ। ਅਤੇ ਹੁਣ ਜੇ ਬਦਲੀ ਨਹੀਂ ਹੁੰਦੀ ਤੁਸੀਂ ਕੀ ਕਰੋਗੇ ਅੱਗੇ? ਅਸੀਂ ਧਰਨਾ ਲਾਵੇਂ, ਰੋਡ ਵੀ ਜਾਮ ਕਰੇਂਗੇ ਜੀ, ਰਾਣੀ ਪਾ ਵੀ ਜਾਏਂਗੇ ਜੀ। ਸਰਪੰਚ ਨੇ ਖੁਦ ਦੱਸਿਆ, ਔਰ ਸਾਡੇ ਸਕੂਲ ਵਿੱਚ ਕਣਕ ਵੀ ਆਈ ਸੀਗੀ ਜਿਹਨਾਂ ਨੇ ਸਰਪੰਚ ਨੇ ਖਾ ਲਈ। ਸਰਪੰਚ ਨੇ ਤੁਹਾਨੂੰ ਦੱਸਿਆ ਕਿ ਮੈਂ ਪੈਸੇ ਖਾਂਦਾ? ਹਾਂ, ਸਰਪੰਚ ਨੇ ਇਹ ਵੀ ਕਿਹਾ ਵੀ ਮੈਂ ਭੁਪਿੰਦਰ ਸਿੰਘ ਨੂੰ ਸਕੂਲ ਵਿੱਚ ਆ ਨਹੀਂ ਦਿੰਦਾ, ਜਿੰਨਾ ਜ਼ੋਰ ਲੱਗਦਾ ਹੈ ਲਾ ਲਓ, ਤੁਸੀਂ ਕੁਛ ਨਹੀਂ ਕਰ ਸਕਦੇ। ਸਰ ਬਹੁਤ ਵਧੀਆ ਪੜ੍ਹਾਈ ਕਰਾਉਂਦੇ ਸੀਗੇ, ਇਕੱਲਾ ਇਕੱਲਾ ਪ੍ਰਸ਼ਨ ਸਮਝਾਉਂਦੇ ਸੀਗੇ, ਔਰ ਸਵੇਰੇ ਐਕਸਟਰਾ ਕਲਾਸ ਵੀ ਲਾਉਂਦੇ ਸੀਗੇ ਸਗੋਂ ਆ ਕੇ। ਹਾਂਜੀ ਹਾਂਜੀ, ਸਾਨੂੰ ਘਰੋਂ ਵੀ ਲਿਆ ਕੇ ਘਰੋਂ ਵੀ ਲਿਆਂਦੇ ਸੀਗੇ, ਔਰ ਜਿਹੜੇ ਬੱਚੇ ਆਉਂਦੇ ਸੀਗੇ ਉਹਨਾਂ ਨੂੰ ਗੱਡੀ 'ਚ ਲੈ ਕੇ ਆਉਂਦੇ ਸੀਗੇ, ਔਰ ਰਾਠੀਆਂ ਪਿੰਡ ਨੂੰ ਖੁਦ ਛੱਡ ਕੇ ਜਾਂਦੇ ਸੀਗੇ ਕਿਉਂਕਿ ਦੂਰ ਹੈ ਨਾ ਰਾਠੀਆਂ, ਇਸ ਕਰਕੇ ਖੁਦ ਛੱਡ ਕੇ ਜਾਂਦੇ ਸੀਗੇ। ਤੇ ਉਹਨਾਂ ਦੀ ਜਗ੍ਹਾ ਹੁਣ ਕੌਣ ਪੜ੍ਹਾ ਰਿਹਾ ਤੁਹਾਨੂੰ? ਹੁਣ ਕੋਈ ਨਹੀਂ ਪੜ੍ਹਾ ਰਿਹਾ। ਮਸਕਟ ਵਿੱਚ ਫਸੀਆਂ 11 ਪੰਜਾਬੀ ਮਹਿਲਾਵਾਂ ਏਜੰਟ ਤੇ ਧੋਖਾਧੜੀ ਦੇ ਲਗਾ ਰਹੀਆਂ ਨੇ ਇਲਜ਼ਾਮ। ਭਗਵੰਤ ਮਾਨ ਨੇ ਵੀਡੀਓ ਕੀਤੀ ਸੋਸ਼ਲ ਮੀਡੀਆ ਤੇ ਪੋਸਟ ਤੇ ਮਦਦ ਕਰਨ ਲਈ ਮਹਿਲਾਵਾਂ ਬਾਰੇ ਮੰਗੀ ਜਾਣਕਾਰੀ। ਮੋਗਾ ਵਿੱਚ ਨੌਜਵਾਨ ਜੋੜੇ ਨੇ ਕੀਤੀ ਖੁਦਕੁਸ਼ੀ, ਖੇਤਾਂ ਵਿੱਚ ਜ਼ਹਿਰੀਲੀ ਦਵਾਈ ਪੀ ਕੇ ਕੀਤੀ ਆਤਮ ਹੱਤਿਆ, ਪੁਲਿਸ ਨੇ ਲਾਸ਼ਾਂ ਨੂੰ ਲਿਆ ਕਬਜ਼ੇ ਦੇ ਵਿੱਚ। ਅੰਮ੍ਰਿਤਸਰ ਜੇਲ੍ਹ ਤੋਂ ਫਰਾਰ ਹੋਏ 3 ਕੈਦੀਆਂ ਵਿੱਚੋਂ 2 ਕੈਦੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ, ਇੱਕ ਆਨੰਦਪੁਰ ਸਾਹਿਬ ਤੇ ਦੂਜਾ ਪਿੰਡ ਜੋੜਾ ਸਰਹਾਲੀ ਤੋਂ ਕੀਤਾ ਗਿਆ ਕਾਬੂ, ਪੁਲਿਸ ਜਲਦੀ ਹੀ ਤੀਜੇ ਕੈਦੀ ਨੂੰ ਵੀ ਕਰੇਗੀ ਗ੍ਰਿਫਤਾਰ। ਕਾਂਗਰਸ ਨੇ ਬਠਿੰਡਾ ਵਿੱਚ 37 ਕਰੋੜ ਰੁਪਏ ਦੇ 10 ਪ੍ਰੋਜੈਕਟ ਬਣਾਉਣ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੇ ਰੱਖਿਆ ਨੀਂਹ ਪੱਥਰ। ਮਨਪ੍ਰੀਤ ਬਾਦਲ ਨੇ ਲੋਕਾਂ ਨੂੰ ਬਠਿੰਡਾ ਦਾ ਕੋਈ ਵੀ ਕੰਮ ਨਾ ਰੁਕਣ ਦਾ ਵੀ ਦਿੱਤਾ ਭਰੋਸਾ। ਫਰੀਦਕੋਟ ਵਿਖੇ 2 ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ, ਨਸ਼ਾ ਤਸਕਰਾਂ ਨੂੰ ਹਿਰਾਸਤ ਵਿੱਚ ਲੈ ਕੇ ਪੁਲਿਸ ਨੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ। ਫਰੀਦਕੋਟ ਵਿੱਚ ਕਿਸਾਨਾਂ ਨੇ ਅਵਾਰਾ ਪਸ਼ੂਆਂ ਨੂੰ ਪ੍ਰਸ਼ਾਸਨ ਦੇ ਕੀਤਾ ਹਵਾਲੇ, ਟਰਾਲੀਆਂ ਭਰ ਕੇ ਲਿਆਂਦਾ ਗਿਆ ਅਵਾਰਾ ਪਸ਼ੂਆਂ ਨੂੰ, ਅਵਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ ਦੀ ਕੀਤੀ ਗਈ ਕਿਸਾਨਾਂ ਵੱਲੋਂ ਮੰਗ। ਜ਼ਿਲ੍ਹਾ ਪਟਿਆਲਾ ਦੇ ਸਕੂਲ ਵਿੱਚ ਅਧਿਆਪਕ ਦੀ ਬਦਲੀ ਨੂੰ ਲੈ ਕੇ ਰੋਸ ਪ੍ਰਦਰਸ਼ਨ, ਵਿਦਿਆਰਥੀਆਂ ਨੇ ਕਲਾਸਾਂ ਤੇ ਪੇਪਰਾਂ ਦਾ ਕੀਤਾ ਬਾਈਕਾਟ, ਅਧਿਆਪਕ ਦੀ ਬਦਲੀ ਰੋਕਣ ਦੀ ਕੀਤੀ ਮੰਗ। ਖਬਰਾਂ ਦੇ ਇਸ ਬੁਲੇਟਿਨ ਵਿੱਚ ਬਸ ਇੰਨਾ ਹੀ, ਮੈਨੂੰ ਸਿਮਰਨ ਕੌਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ ਰੰਗਲਾ ਟੀਵੀ। ਸਤਿ ਸ਼੍ਰੀ ਅਕਾਲ।